सत श्री अकाल दोस्तों, मैं धर्मा हरिऊ अरंग पंजाब के यूट्यूब चैनल पर आप सब का स्वागत करदा। सो दोस्तों, अज मेरे नाल ने अपने समय के प्रसिद्ध कबड्डी खिडारी सरदार राजेंद्र सिंह जी, जिन्हां नूं खेड ग्राउंडां दे विच जिहदरा लसाड़ा दे नां करके जाणिया जांदा सी। मां खेड कबड्डी के प्रसिद्ध धावी जिहदरा लसाड़ा जी दे नाल आओ फिर अज आपां करदे आं गलबात। हाँ जी, सत श्री अकाल जी। सत श्री अकाल जी, की हाल चाल है जी? बहुत वधिया जी, होर तुसीं सुणाओ की हाल है? वधिया जी, वधिया। बड़ा टाइम हो गया सी तुहाडी मुलाकात लोगों के लियाने लिए, तुहाडे तों टाइम मंगदे नूं। खैर चलो, अज समा आया, अज आपां गल्लां करांगे तुहाडी जिंदगी दीआं, तुहाडी खेड सफर दीआं। ठीक है। सो सब तों पहलां तुसीं सानूं अपने जन्म अते परिवारक पिछोकड़ बारे दस्सो जी। अच्छा जी, जन्म तां जी अपना 1965 च होया, ते असीं सत ਭਾਈਆਂ ਦੋ ਭੈਣਾਂ ਨੇ ਜੀ। ਹਾਂਜੀ, ਅਤੇ ਉਦੋਂ ਬਾਅਦ ਦੇ ਵਿੱਚ ਪੜ੍ਹੇ ਸਾਰੇ ਹੀ ਹੋਇਆ, ਕੋਈ 5 ਪੜ੍ਹਿਆ, ਕੋਈ 6 ਪੜ੍ਹਿਆ, 10। ਆਪਾਂ ਤਾਂ ਛੋਟਾ ਭਰਾ ਆਪਣਾ ਪੁਲਿਸ 'ਚ ਜੀ, ਉਹ ਬੀ ਏ ਪੜ੍ਹ ਗਿਆ ਜੀ। ਹਾਂਜੀ, ਅਤੇ ਮਾਤਾ ਜੀ ਦਾ ਕੀ ਨਾਂ ਤੁਹਾਡੇ? ਗੁਰਦੇਵ ਕੌਰ ਸਿੰਘ ਜੀ ਮਾਤਾ ਦਾ ਨਾਮ। ਪਿਤਾ ਜੀ? ਪਿਤਾ ਨਾਂ ਹਰਨੇਕ ਸਿੰਘ ਜੀ ਜੀ। ਹਾਂਜੀ, ਅਤੇ ਪੜ੍ਹਾਈ ਤੁਸੀਂ ਕਿੱਥੋਂ ਤੱਕ ਕੀਤੀ? ਪੜ੍ਹਾਈ ਮੈਂ 10ਵੀਂ ਤੱਕ ਕਰੀ ਹੈ ਜੀ। ਹਾਂਜੀ, ਅਤੇ ਕਬੱਡੀ ਕਿੰਨੇ ਸਾਲ ਖੇਡੇ? ਕਬੱਡੀ ਮੈਂ ਜੀ ਆਪਣੇ ਸਨ 80 ਤੋਂ ਲੈ ਕੇ 81 ਸ਼ੁਰੂ ਕਰੀ, 80 'ਚ ਆਪਣੇ 94 ਤੱਕ ਖੇਡਿਆ ਜੀ। ਦੇਖ ਲਓ ਕਿਆ ਸਾਲ ਹੋਏ ਜੀ। ਹਾਂਜੀ, ਅਤੇ ਕਬੱਡੀ ਦੀ ਚੇਟ ਕਹਿ ਤੁਹਾਨੂੰ ਕਿਹਨੂੰ ਵੇਖ ਕੇ ਲੱਗੀ ਸੀ? ਪਰਿਵਾਰ ਦੇ ਵਿੱਚ ਕੋਈ ਕਬੱਡੀ ਖੇਡਦਾ ਸੀ, ਜਾਂ ਕੋਈ ਪਿੰਡ ਦਾ ਖੇਡਦਾ ਸੀ, ਜਾਂ ਕਿਸੇ ਖਿਡਾਰੀ ਨੂੰ ਵੇਖ ਕੇ ਲੱਗੀ ਸੀ? ਨਾ ਜੀ, ਪਿੰਡ 'ਚ ਨਹੀਂ ਤੀ, ਜਾਂ ਜਵਾਕ ਪਿਛੋਕੜ ਸੀ, ਨਿੱਕੇ ਨਿੱਕੇ ਦਿਨ ਦੇ ਸ਼ੌਕ ਪੈ ਗਿਆ ਕਬੱਡੀ ਖੇਡਣ ਦਾ। ਪਿੰਡ 'ਚ ਨਹੀਂ ਤੀ ਕੋਈ ਖੇਡਦਾ, ਨਾ ਸਾਡੇ ਕੋਈ ਪਹਿਲਾਂ ਨੌ ਜਾਂ ਕਿਸੇ ਦਾ ਨਹੀਂ ਤੀ ਚੱਲਦਾ, ਅਤੇ ਸ਼ੌੜਾ ਸਕੂਲ ਦੀ ਉੱਥੇ ਜਾਣ ਲੱਗੇ, ਉੱਥੇ ਸਕੂਲ ਦੀ ਟੀਮ ਨੂੰ ਦੇਖ ਕੇ ਬਹੁਤਾ ਸ਼ੌਕ ਪਿਆ, ਉਹਨਾਂ ਦੇ ਵਿੱਚ ਮੈਂ ਖੇਡਣ ਲੱਗ ਗਿਆ ਸ਼ੌੜੇ। ਉੱਥੇ ਸਾਡੇ PT ਮਾਸਟਰ ਦੀ ਆਪਣੇ ਮਲੌਤ ਤੋਂ ਰਾਹੀ ਉਹ ਘਲਾਉਂਦਾ ਹੁੰਦਾ ਸੀ, ਉਹਦਾ ਘਲਾਉਂਦਾ ਘਲਾਉਂਦਾ ਸ਼ੌਕ ਪਹਿਲੇ ਦੀ ਉਹਨਾਂ ਦੇ ਵਿੱਚ ਜਾ ਕੇ ਮੈਂ ਆਪ ਹੀ ਖੇਡਣ ਲੱਗ ਜਾਂਦਾ ਜੀ ਪੀੜਾਂ ਤੋਂ। ਹਾਂਜੀ, ਪਹਿਲੇ ਸਾਲ ਟੀਮ ਦੇ ਵਿੱਚ ਸਿਲੈਕਸ਼ਨ ਹੋ ਗਈ, ਜੌਨ ਖੇਡਿਆ ਜੀ। ਦੂਏ ਸਾਲ ਫਿਰ ਮੈਨੂੰ ਮਾਸਟਰ ਨੇ ਕੈਪਟਨ ਬਣਾਤਾ ਨੈਸ਼ਨਲ ਦਾ ਜੀ। ਜੀ, ਅਤੇ ਕਿੱਥੋਂ ਤੱਕ ਖੇਡੀ ਨੈਸ਼ਨਲ ਸਟਾਈਲ ਕਬੱਡੀ? ਮੈਂ ਨੈਸ਼ਨਲ ਸਟਾਈਲ ਖੇਡੀ ਆ ਜੀ, ਆਪਣੇ ਪੰਜਾਬ ਤੱਕ ਖੇਡ ਕੇ ਆਏ ਜੀ। ਹਾਂਜੀ, ਆਪਣੇ ਇੱਕ ਕਪੂਰਥਲਾ ਹੋਏ ਜੀ, ਸਾਡੇ ਮੈਚ 82 'ਚ ਪੰਜਾਬ ਦੇ ਜੀ। ਅਤੇ ਉਦੋਂ ਮੈਂ ਗਿਆ ਸੀ ਆਪਣੇ ਸੰਗਰੂਰ ਵੱਲੋਂ, ਇਹ ਲਸੋਈ ਸਕੂਲ ਚਲਿਆ ਗਿਆ, ਲਸੋਈ ਸਕੂਲ 'ਚ ਜੌਨ ਫਸਟ ਗਏ, ਜ਼ਿਲ੍ਹਾ ਵਾ ਜ਼ਿਲ੍ਹਾ ਫਸਟ ਗਿਆ, ਫਿਰ ਪੰਜਾਬ ਇੱਥੇ ਗਏ ਜੀ ਆਪਣੇ ਕਪੂਰਥਲੇ ਖੇਡਣ ਜੀ। ਹਾਂਜੀ, ਅਤੇ ਫਿਰ ਸਰਕਲ ਵੱਲ ਕਿਵੇਂ ਆਏ? ਸਰਕਲ ਦੇ ਜੀ ਉਦੋਂ ਜਦੋਂ ਮੈਂ ਇਕੱਲਾ ਹੀ ਸੀ ਸਾਡੇ ਪਿੰਡ ਦੇ ਵਿੱਚ, ਸਾਡੇ ਪਿੰਡ ਦੇ ਵਿੱਚ ਉਦੋਂ ਓਕਣੀ ਬਚਪਨ ਦੇ ਵਿੱਚ ਜਵਾਕ ਖੇਡਣ ਲੱਗ ਗਏ, ਉਹਨਾਂ ਨੂੰ ਦੇਖ ਕੇ ਮੈਨੂੰ ਸ਼ੌਕ ਪਹਿਲਾਂ ਹੀ ਸੀ, ਅਤੇ ਉਹਨਾਂ ਦੇ ਨਾਲ ਮੈਂ ਪਿੰਡ ਖੇਡਣ ਲੱਗ ਗਿਆ। ਮੇਰਾ ਵਜਨ ਥੋੜ੍ਹਾ ਜਿਹਾ ਵੱਧ ਸੀ, ਉਹ ਸਾਲ ਕੁ ਅਸੀਂ ਪਿੰਡ ਹੀ ਖੇਡਦੇ ਰਹੇ, ਅਤੇ ਉਦੋਂ ਬਾਅਦ ਫਿਰ ਜਾਣ ਲੱਗ ਗਏ ਟੂਰਨਾਮੈਂਟਾਂ 'ਤੇ। ਦੂਏ ਇੱਕ ਸਾਲ ਅਸੀਂ ਟੂਰਨਾਮੈਂਟਾਂ ਤੋਂ ਆਪਣੇ ਪਿੰਡ ਆ ਛੋਟਾ ਸਮਰਾਲਾ, ਅਸੀਂ ਉੱਥੋਂ 57 ਕਿਲੋ ਸੈਕਿੰਡ ਆ ਗਏ ਜੀ। ਸੈਕਿੰਡ ਆਏ, ਉੱਥੋਂ ਪਿੰਡ 'ਚ ਬੜਾ ਚਾਅ ਹੋਇਆ ਵੀ ਪਿੰਡ ਦੀ ਟੀਮ ਸੈਕਿੰਡ ਆਈ। ਉੱਥੋਂ ਜੀ ਫਿਰ ਅਸੀਂ ਇੱਕ ਨਾ ਆਪਣੇ ਪਿੰਡਾਂ ਨੂੰ ਕਹਿ ਕੇ ਟੂਰਨਾਮੈਂਟ ਰਖਾਉਣ ਲੱਗੇ। ਉਦੋਂ ਬਾਅਦ ਦੇ ਵਿੱਚ ਫਿਰ ਸਾਡੇ ਪਿੰਡ ਦਾ ਬਹੁਤਾ ਹਨੇਰ ਆ ਗਿਆ ਪਲੇਅਰਾਂ ਦਾ ਖੇਡਣ ਦਾ, ਬਹੁਤੇ ਪਲੇਅਰ ਹੋ ਗਏ, ਅਤੇ ਪਲੇਅਰ ਅਸੀਂ ਹੋ ਜਾ ਕਰੀ ਪਿੰਡ ਦੇ 20-25, ਉੱਥੋਂ ਸ਼ੌਕ ਪੈ ਗਿਆ ਜੀ। ਕਿਹੜੇ ਸੀ ਜੋ? ਇੱਕ ਤਾਂ ਮੇਰੇ ਨਾਲ ਆਪਣੇ ਸਵਰਨੀ ਵਧੀਆ ਤਕੜਾ ਜਾਫੀ ਹੋਇਆ, ਦਰਸ਼ਨ ਹੋਇਆ ਵਧੀਆ, ਭਿੰਦੀ ਹੋਇਆ, ਅਤੇ ਰੇਡਰ ਮੈਂ ਇਕੱਲੇ ਸੀ, ਮਾਨ ਭੁੱਲਾ। ਇਹ ਜੇ ਤੁਹਾਨੂੰ ਦੱਸਦੇ ਵੀ ਸਾਡੇ ਪਿੰਡ ਦੇ 50 ਪਲੇਅਰ ਜਵਾਕ ਵਧੀਆ ਹੋ ਗਏ ਜੀ ਆਪੋ ਆਪਣੇ ਵੇਟ 'ਚ, ਕੋਈ 32 ਕਿਲੋ ਖੇਡਦਾ, ਕੋਈ 47, ਕੋਈ 52, ਅਸੀਂ 60 ਕਿਲੋ ਖੇਡਦੇ ਜੀ ਜੀ। ਹਾਂਜੀ, ਬਹੁਤ ਸ਼ੌਕ ਪੈ ਗਿਆ। ਅਤੇ 60 ਕਿਲੋ ਤੋਂ ਬਾਅਦ ਫਿਰ ਓਪਨ ਦੇ ਵਿੱਚ ਤੁਸੀਂ ਕਦੋਂ ਆਏ, ਅਤੇ ਕਿਹੜੀਆਂ ਕਿਹੜੀਆਂ ਟੀਮਾਂ ਦੇ ਵਿੱਚ ਕਿਹੜੇ ਕਿਹੜੇ ਖਿਡਾਰੀਆਂ ਨਾਲ ਖੇਡੇ? ਓਪਨ ਦੇ ਵਿੱਚ ਜੀ ਮੈਂ ਖੇਡਿਆ ਆਪਣੇ ਪ੍ਰੀਤਮ ਨਾਲ ਖੇਡਿਆ। ਖੇਡਣੀ ਕਦੋਂ ਸ਼ੁਰੂ ਕੀਤੀ ਤੁਸੀਂ ਓਪਨ ਦੇ ਵਿੱਚ? ਓਪਨ ਦੇ ਵਿੱਚ ਮੈਂ ਜੀ ਆਪਣੇ 93 ਤੋਂ ਸ਼ੁਰੂ ਕਰੀ ਜੀ। ਹਾਂ, 93 'ਚ ਮੈਂ ਓਪਨ ਖੇਡਣ ਲੱਗ ਗਿਆ। ਕਿੰਨਾ ਵਜਨ ਸੀ ਤੁਹਾਡਾ? ਉਦੋਂ ਮੇਰਾ ਵਜਨ 65 ਕਿਲੋ ਸੀ, 66-65 ਬਸ, ਅਤੇ ਨਾਲ ਆਪਣੇ ਇਹ ਟੀਮ ਉਦੋਂ ਪਿੰਡ ਵਾਰ ਦੀਆਂ ਟੀਮਾਂ ਹੁੰਦੀਆਂ ਤੀਆਂ, ਆਪਣੇ ਜਰਗੜੀ ਵਾਲਾ ਗੋਗੇ ਹੁੰਦਾ ਸੀ, ਘਲੋਟੀ ਵਾਲੇ ਹੁੰਦੇ ਸੀ, ਬਿੱਲੇ ਉਹਨੀ ਬਿੰਦਰ ਮਾਸਟਰ ਉਹਨੀ, ਅਤੇ ਇੱਧਰ ਆਪਣੇ ਘੋਲ ਹੁੰਦਾ ਸੀਹਾਂ ਦੌਦ ਵਾਲਾ, ਇੱਧਰ ਗੋਲਾ ਜਰਗ ਵਾਲਾ, ਇਹ ਟੀਮਾਂ ਪਿੰਡ ਵਾਰ ਦੀਆਂ ਹੁੰਦੀਆਂ, ਇਹਨਾਂ ਦੇ ਨਾਲ ਮੈਚ ਲੱਗੇ ਨੇ ਜੀ। ਹਾਂਜੀ, ਅਤੇ ਫਿਰ ਕੋਈ ਸੰਸਥਾ ਵੱਲੋਂ? ਸੰਸਥਾ ਵੱਲੋਂ ਜੀ ਮੈਂ ਮੈਚ ਖੇਡਿਆ, ਆਪਣੇ ਫਰੀਦਕੋਟ ਵਾਲਿਆਂ ਨੇ ਮੈਨੂੰ ਘਲਾਇਆ ਸੀ ਆਲ ਓਪਨ ਦੇ ਵਿੱਚ ਖਹਿਰੇ, ਉੱਧਰੋਂ ਖੇਡਿਆ, ਅਤੇ ਮੈਂ ਬਿਜਲੀ ਬੋਰਡ ਵੱਲੋਂ ਵੀ ਖੇਡਿਆ ਜੀ। ਹਾਂਜੀ, ਕਿਹੜੇ ਖਿਡਾਰੀਆਂ ਨਾਲ ਖੇਡੇ ਤੁਸੀਂ? ਮੈਂ ਆਪਣੇ ਪ੍ਰੀਤਮ ਨਾਲ ਖੇਡਿਆ ਜੀ ਆਪਣੇ ਬਿਜਲੀ ਬੋਰਡ 'ਚ, ਨੀਲਾ ਕਣੀਆਂ ਵਾਲਾ, ਡੀਜ਼ਲ ਕਣੀਆਂ ਵਾਲਾ, ਅਤੇ ਪੋਲਾ ਹੁੰਦਾ ਝਮਾਲੀ ਵਾਲਾ, ਅਤੇ ਇੱਕ ਮੈਂ ਹੁੰਦਾ ਜੀ। ਹਾਂਜੀ,
जो जाफी हों जंगरा पड़वाला उधर ये कनियाला नीला जंगरा ये चार खिलाने जाफी होंगे तो उन्होंने टाइम के शो मैच चलते होंगे सी। हाँ जी हाँ जिमें माझे मालवे का मैच आता हों बिजली बोर्ड से अपने फरीदकोट का जी तो अपने पैप्स वाले का उन्होंने पैप्स वाले वधिया रेडर हों बिल्ला पिंडर जी बिल्ला पिंडर हों चैना सिद्धमा हों एक जोड़ा चिणक वाला मास्टर आ डी पी ओ हों इधर होंगे जी गोला हों जस्सा हों मंडिया वाला तो अपने खैरा काका हों रेडर होंगे जी बिजली बोर्ड के जी। हाँ जी तो फिर कोई बहरले मुल्क वाला सबब बनया नहीं जी बहरला कोई नहीं बनया क्यों जी की कारण बार इन्ना शौक भी नहीं थी तो इन्ना कौड़ी का इंट्रस्ट नहीं थी जिन्ना हूँ इंट्रस्ट आ जी अगे तो बस इन्ना ही हों फलाने पिंड की टीम को हरा है वह फलान हरा प्योर पिंड खेलते होंगे जी गए तो उदो भी लोग उदो जाते इधर वादे जाते जी साढ़े दौर कोई बहरे इन्ना जाता नहीं तो बहरला दौर तो 92 तो 94 च आया बद सो हुण आपां गल करिए जिंदगी दे यादगारी मैचां दी। हाँ जी जिहदे विचों इह कह लईए तुसीं बैस्ट भी बने हो ते ओह तुहाडे अज भी जदों कितें रात नूं अख खुलदी आ तां तुसीं उसे ग्राउंड दे विच फिरदे हुंदे हो। हाँ जी हाँ जी इदां दे मैच ने जिहड़े ओह वी साडे दर्शकां दे नाल उहनां मैचां दी साझ जरूर पाओगे। इहदे विच जी मैच मेरे कहिंदा ढेरी नाल लग्गिया सुखरिया नाल उहदे नाल लग्गे ने मुंडियां मैच लग्गिया ते उत्थे ही असीं ਬਈ 32-32 30-30 ਕੌਡੀਆਂ ਪਾ ਕੇ ਅੱਧੇ ਅੱਧੇ ਪੈਂਟ 'ਤੇ ਛੱਡ ਜਿੱਤੋ ਜੀ ਉਹ ਬੜਾ ਮੈਚ ਤਕੜਾ ਲੱਗਿਆ ਜੀ ਕਦੋਂ ਹੋਇਆ ਸੀ ਇਹ ਹੋਇਆ ਸੀਗਾ ਜੀ ਆਪਣੇ 92 'ਚ ਮੁੰਡੀਆਂ ਜੀ ਅਤੇ ਇੱਕ ਮੈਚ ਸਾਡਾ ਲੱਗਿਆ ਆਪਣੇ ਹਰਿਆਣੇ ਨਾਲ ਹਰਿਆਣੇ ਨਾਲ ਲੱਗਿਆ ਸਾਡਾ ਆਪਣੇ ਇੱਦਾਂ ਦਾ ਵਾਲੇ ਟੀਮ 'ਚ ਉੱਥੇ ਪਾਈ ਦੀ ਟੀਮ ਆਈ ਸੀ ਉਹ ਉਹਨਾਂ ਨਾਲ ਜੀ ਸਾਡਾ 45 ਮਿੰਟ ਮੈਚ ਚੱਲਿਆ ਉਹਨਾਂ ਨੂੰ ਵੀ ਅਸੀਂ ਦੋ 2.5 ਪੈਂਟਾਂ ਦੇ ਮਸਾਂ ਜਿੱਤੇ ਜੀ ਅਤੇ ਜਾਂ ਮੈਚ ਸਾਡਾ ਟੈਪੀ ਨਾਲ ਲੱਗਿਆ ਮਾਟੇ ਨਾਲ ਪਹਿਲਾ ਮੈਚ ਲੱਗਿਆ ਜੀ ਸਾਡਾ ਸਰਾਭੇ ਮਾਟਾ ਇੰਨਾ ਵਧੀਆ ਪਲੇਅਰ ਸੀ ਮੈਂ ਨਹੀਂ ਸੀ ਜਾਣਦਾ ਉਹ ਕਹਿਣ ਲੱਗਾ ਵੀ ਮਾਟਾ ਇੱਥੇ ਵੀ ਤੁਸੀਂ ਇੱਥੇ ਕੀ ਕਰਨਾ ਇਹ ਏਰੀਆ ਜਿਹੜਾ ਆਪਣਾ ਏਰੀਆ ਆ ਇਹ ਏਰੀਏ ਦੇ ਵਿੱਚ ਟੀਮਾਂ ਘੱਟ ਜਾਂਦੀਆਂ ਜਿਵੇਂ ਜੂ ਪੋਕਸੀ ਵਾਲਾ ਕਿਉਂ ਮੈਂ ਤੋਂ ਇਹ ਸੀਨੀਅਰ ਦੀ ਮੈਂ ਜੂਨੀਅਰ ਦੀ ਮੈਂ ਸਾਨੂੰ ਤਾਂ ਬਸ ਚਾਓ ਹੁੰਦਾ ਤੇ ਵੀ ਫਲਾਨੇ ਥਾਂ ਖੇਡਣ ਜਾਂ ਤਕੜੇ ਹੋ ਗਏ ਵੀ ਉੱਥੇ ਖੇਡ ਕੇ ਆਉਣਾ ਅਸੀਂ ਸਰਾਭੇ ਚਲੇ ਗਏ ਉੱਥੇ ਜੀ ਸਭ ਨੂੰ ਹਵਾ ਮਾਟੇ ਦੀ ਵੱਧ ਅਤੇ ਸਾਡਾ ਮੈਂ ਦੂਏ ਪੂਲ 'ਚ ਸੀ ਪੂਲ ਬਣਾ ਲੈਂਦੇ ਹੁੰਦੇ ਅੱਗੇ ਪਿਓਰ ਪਿੰਡ ਹੁੰਦੇ ਅਤੇ ਉਹ ਦੂਏ ਪੂਲ 'ਚ ਮੈਂ ਦੂਏ ਪੂਲ 'ਚ ਉਹ ਵੀ ਜਿੱਦਾਂ ਚਲਾ ਗਿਆ ਮੈਂ ਵੀ ਜਿੱਦਾਂ ਚਲਾ ਗਿਆ ਸਾਡਾ ਦੂਏ ਦਿਨ ਮੈਚ ਲੱਗਿਆ ਢੈਪੀ ਨਾਲ ਫਾਈਨਲ ਅਤੇ ਉਹ ਕਹਿੰਦੇ ਉੱਥੇ ਹਾਕੀ ਦਾ ਜ਼ੋਰ ਵੱਧ ਸੀ ਸਰਾਭੇ ਉਹ ਕਹਿੰਦੇ ਵੀ ਤੁਹਾਡਾ ਫਾਈਨਲ ਮੈਚ ਕੱਲ੍ਹ ਨੂੰ ਹੋਊ ਅਸੀਂ ਕਿਹਾ ਵੀ ਚੱਲ ਕੱਲ੍ਹ ਨੂੰ ਹੋਊ ਅਸੀਂ ਤੁਰ ਤੁਰ ਕੇ ਗਏ ਬੱਸਾਂ 'ਚ ਅਸੀਂ ਰਾਤ ਵੀ ਢੈਪੀ ਉਹ ਕੱਟ ਲਈ ਢੈਪੀ ਲਵੇ ਹੀ ਉੱਥੋਂ 2 ਕਿਲੋਮੀਟਰ 'ਤੇ ਸਰਾਭੇ ਤੋਂ ਜਦੋਂ ਜੀ ਅਸੀਂ ਉੱਥੇ ਗਏ ਸਾਡੇ ਪਿੰਡ ਦੇ ਨਾਲ ਜਾਂਦੇ ਹੁੰਦੇ ਸੌਕ ਹੁੰਦਾ 8-10 ਬੰਦੇ ਨਾਲ ਹੁੰਦੇ ਸੀ ਟੈਪੀ ਰਿਸ਼ਤੇਦਾਰ ਉੱਥੇ ਚਲੇ ਕਹਿੰਦੇ ਵੀ ਤੁਸੀਂ ਕੀ ਕਰਨਾ ਚਲੇ ਜਾਂਦੇ ਸਾਧਰੇ ਪਿੰਡ ਲੋਕ ਉੱਥੇ ਦੇ ਟਿੱਚਣਾ ਕਰਨ ਵੀ ਤੁਹਾਨੂੰ ਤਾਂ ਹਰਾ ਦੇਣਾ ਸਾਡੇ ਪਿੰਡ ਦੇ ਨੇ ਅਤੇ ਸਾਡੇ ਪਿੰਡ ਦੇ ਅਸੀਂ ਤਾਂ ਕੀ ਬੋਲਣਾ ਸਾਡੇ ਪਿੰਡ ਦੇ ਕਹਿੰਦੇ ਕੋਈ ਨਾ ਸਾਨੂੰ ਵੀ ਪਤਾ ਲੱਗ ਜੂ ਵੀ ਸਾਡੇ ਜਵਾਕਾਂ ਨੂੰ ਕੌਣ ਹਰਾਉਂਦਾ ਚਲੋ ਜੀ ਹੁੰਦੀ ਹਵਾਉਣ ਦੀ ਗੱਲ ਦੂਏ ਦਿਨ ਮੈਚ ਲੱਗਿਆ ਉਹਦਾ ਟੈਪੀ ਵਾਲੇ ਮਾਟੇ ਦਾ ਡੈਡੀ ਪ੍ਰੋਫੈਸਰ ਲੱਗਿਆ ਹੋਇਆ ਸੀ ਉਹਨੂੰ ਸ਼ੌਕ ਸੀ ਪੂਰਾ ਅਤੇ ਉਹ ਵੀ ਦੇਖਣ ਆ ਗਿਆ ਮੈਚ ਵੀ ਫਾਈਨਲ ਮੈਚ ਆ ਮੇਰੇ ਮੁੰਡੇ ਦਾ ਮੈਂ ਦੇਖਾਂ ਅਸੀਂ ਜੀ ਸਿੰਗਲ ਜੱਫਾ ਵੀ ਨਹੀਂ ਖਾਧਾ ਮੈਂ ਮਾਟੇ ਤੋਂ ਇਹ ਸੱਚ ਗੱਲ ਆ ਜੀ 45 ਮਿੰਟ ਮੈਚ ਚੱਲਿਆ ਉਹਨਾਂ ਉਹਦਾ ਭਾਈ ਰੇਡਾ ਪਾਉਂਦਾ ਸੀ ਉਹ ਫੜ ਲਿਆ ਮੇਰੇ ਰੇਡਾ ਨੇ 3-4 ਕਬੀਰ ਅਸੀਂ ਜੀ 6-7 ਪੈਂਟਾਂ 'ਤੇ ਜਿੱਤ ਗਏ ਬੜੀ ਹਾਹਾਕਾਰ ਹੋਈ ਬੜੀਆਂ ਤਾੜੀਆਂ ਵੱਜੀਆਂ ਅਤੇ ਉਹਦਾ ਡੈਡੀ ਆ ਗਿਆ ਮੇਰੇ ਕੋਲ ਕਹਿੰਦਾ ਵੀ ਕਾਕਾ ਤੇਰਾ ਪਿੰਡ ਕਿਹੜਾ ਮੈਂ ਕਿਹਾ ਜੀ ਮੇਰਾ ਪਿੰਡ ਦਾ ਲਿਸਾੜਾ ਕਹਿੰਦਾ ਵੀ ਕਿੱਥੇ ਗਾ ਇਹ ਕਿਉਂ ਚਿਰਦੀ ਟਾਈਮ 'ਤੇ ਹੁਣ ਤਾਂ ਗੱਡੀਆਂ 'ਚ ਪਤਾ ਨਹੀਂ ਲੱਗਦਾ ਫੋਨਾਂ 'ਤੇ ਉਦੋਂ ਲੋਕਾਂ ਨੂੰ ਨਹੀਂ ਇੰਨਾ ਪਤਾ ਸੀ ਅੱਜ ਕੱਲ੍ਹ ਵੀ ਚੌੜੇ ਪੁਲਾਂ ਕੋਲ ਪਿੰਡ ਪੈਂਦਾ ਉਹ ਕਹਿੰਦੇ ਵੀ ਕਾਕਾ ਸਾਡੇ ਪਿੰਡ 15 ਦਿਨ ਨੂੰ ਮੈਚ ਆ ਟੈਪੀ ਵੀ ਤੁਸੀਂ ਆਓਗੇ ਅਸੀਂ ਕਹਾਂ ਜੀ ਆ ਜਾਵਾਂਗੇ ਵੀ ਬੱਸ ਸਾਨੂੰ ਦੱਸ ਦਿਓ ਵੀ ਕਿੱਧਰ 'ਚ ਜਾਈਏ ਉਹ ਕਹਿੰਦਾ ਵੀ ਬਾਅਦ 'ਤੇ ਵੀ ਤੁਸੀਂ ਬੱਸ ਨਾ ਆਇਓ ਤੁਸੀਂ ਗੱਡੀ ਕਰਕੇ ਆਇਓ ਵੀ ਗੱਡੀ ਵਾਲਾ ਕਿੰਨੇ ਕੁ ਪੈਸੇ ਲਓ ਉਦੋਂ ਗੱਡੀ ਵਾਲੇ 400-500 ਰੁਪਇਆ ਲੈਂਦੇ ਹੁੰਦੇ 450 ਮੈਂ ਕਹਾਂ 400-500 ਰੁਪਇਆ ਲੈਣਗੇ ਉਹਨੇ ਜੀ ਪਹਿਲੀ ਵਾਰ ਮੈਂ ਨੋਟ ਦੇਖਿਆ ਉਹਨੇ ਮੈਨੂੰ ਨੋਟ 500 ਦਾ ਆਪਣੇ ਕੋਟ ਦੀ ਜੇਬ 'ਚੋਂ ਕੱਢ ਕੇ ਦੇ ਦਿੱਤਾ 500 ਦਾ ਨੋਟ ਵੀ ਪਹਿਲੀ ਵਾਰ ਦੇਖਿਆ ਅਤੇ ਸਾਨੂੰ ਚੌ ਚੜ੍ਹ ਗਿਆ ਅਸੀਂ ਕਿਹਾ ਵੀ ਦੇਖਣਾ ਮੈਂ ਮੈਂ ਤਾਂ ਜਿਹੜਾ ਮੇਰਾ ਜਾਫੀ ਸਵਾਰ ਸੀ ਸਾਡਾ ਵੇਟ ਕਿਲੋ ਕੁ ਵੱਧਦਾ ਸੀ ਅਸੀਂ ਕਿਹਾ ਵੀ ਮੈਚ ਕੈੜਾ ਲੱਗੂ ਉਹਦੇ ਪਿੰਡ ਖੇਡਣ ਜਾਣਾ ਅਸੀਂ ਆਪਣੇ ਪਿੰਡ ਹੋਰ ਤੱਪ ਗਏ ਖੇਡੇ ਇੱਕ ਹਫ਼ਤਾ ਜਿੰਨਾ ਚਿਰ ਮੈਚ ਹਾਂ ਬਜਣੀ ਜੀ ਬਜਣੀ ਆਪਣੇ 62 ਕਿਲੋ ਦੀ 62 ਕਿਲੋ ਹੁਣ ਤਾਂ ਜੀ ਉਹਦਾ 100 ਮੈਚ ਵੀ ਨਹੀਂ ਲੱਗਦਾ ਮੰਨ ਲਓ ਗੱਲ ਕੋਈ ਸ਼ੱਕ ਨਹੀਂ ਅਤੇ ਉਦੋਂ ਬਾਅਦ ਅਸੀਂ ਜਾ ਗਏ ਜੀ ਅਸੀਂ ਹਫ਼ਤਾ ਪਿੰਡ ਲਾਇਆ ਸਾਡੇ ਪਿੰਡ ਦੇ ਸੌਂਕੀ ਦੀ ਬੁੜੇ ਵਿਚਾਰੇ ਚੱਲ ਇੰਨਾ ਨਹੀਂ ਖੇਡਣਾ ਉਹਦੀ ਸ਼ੌਕ ਬਹੁਤ ਸੀ ਵੀ ਸਾਡੇ ਪਿੰਡ ਦਾ ਨਾਂ ਉੱਚਾ ਹੁੰਦਾ ਅਸੀਂ ਜੀ ਖੇਡੇ ਗਏ ਅਸੀਂ ਗੱਡੀ ਕਰ ਲਈ ਗੱਡੀ ਵੀ ਉਦੋਂ ਟਾਮੀ ਹੁੰਦੀ ਜੌੜੇ ਪੁਲਾਂ ਤੋਂ ਬੁੱਧੂ
ਗੱਡੀ ਕਰਕੇ ਲੈ ਗਿਆ ਕਿਰਾਏ 'ਤੇ ਸ਼ਾਮ ਨੂੰ ਚੋਇਆ ਅਸੀਂ ਗਏ ਜੀ ਜਾ ਕੇ ਅਸੀਂ ਟੈਪੀ ਪਹੁੰਚ ਗਏ ਉੱਥੇ ਰੈਫਰੀ ਚਰਨਰ ਸੀ ਇੱਕ ਮਹਾਸਾ ਹੁੰਦਾ ਸੀ ਖਟੜਿਆਂ ਦਾ ਉਹ ਰੈਫਰੀ ਕਰਨ ਅਸੀਂ ਜੀ ਜਾ ਕੇ ਗਰਾਊਂਡ ਦੇ ਕੋਲ ਗੱਡੀ ਕਢਾ ਦਿੱਤੀ ਹੁਣ ਤਾਂ ਸਿਆਸਤਾਂ ਨੇ ਪਲੇਅਰ ਦੂਰ ਖੜਦੇ ਆ ਜਾ ਕੇ ਅੱਗੇ ਤਾਂ ਹੁੰਦਾ ਵੀ ਅਸੀਂ ਤਾਂ ਸਾਨੂੰ ਸਾਡਾ ਮੈਚ ਕਰਾਉਣਾ ਅਸੀਂ ਗਰਾਊਂਡ 'ਚ ਜਾਈਏ ਅਸੀਂ ਗਏ ਜੀ ਜਾ ਕੇ ਰਸੀਨ ਚਰਨ ਅਤੇ ਉਹ ਦੋਈ ਉਹ ਮੇਰੇ ਕੋਲ ਨੂੰ ਲੈ ਕੇ ਪਰੇ ਨੂੰ ਚਲੇ ਗਿਆ ਮੋਟਰ ਦੇ ਨੂੰ ਅਤੇ ਆ ਜਿੰਦਰਿਆ ਕੀ ਹਾਲ ਆ ਫਲਾਂ ਦਾ ਮੈਂ ਕਿਹਾ ਠੀਕ ਆ ਕਹਿੰਦਾ ਤੂੰ ਅੱਜ ਇੱਥੇ ਕਿਉਂ ਆ ਗਿਆ ਕਹਿੰਦਾ ਹਫ਼ਤਾ ਹੋ ਗਿਆ ਲੋਕ ਗੱਲਾਂ ਕਰਦੇ ਨੇ ਤੇਰੀਆਂ ਤੂੰ ਅੱਜ ਹਾਲਾ ਇੱਥੇ ਆ ਗਿਆ ਤੂੰ ਆਪਦੀ ਬਣੀ ਹੋਈ ਰੱਖ ਲੈਂਦਾ ਮਗਰ ਇਹ ਕਿਹੜੀ ਗੱਲ ਬਣੀ ਬਣੀ ਹੋਈ ਦੀ ਆ ਤਕੜੇ ਨੇ ਮੈਂ ਸਾਨੂੰ ਹਰਾ ਦੇਣਗੇ ਮੈਂ ਕਿਹਾ ਸਾਨੂੰ ਨਹੀਂ ਬਣੀ ਬੁਣੀ ਦਾ ਮੈਂ ਕਿਹਾ ਅਸੀਂ ਤਾਂ ਮੈਚ ਖੇਡਣਾ ਅਤੇ ਰਸੀਨ ਚਰਨ ਥੋੜ੍ਹਾ ਜਿਹਾ ਮਖੋ ਲਿਆ ਕਹਿੰਦਾ ਕੋਈ ਨਾ ਪੁੱਤ ਅੱਜ ਲੱਗ ਜੂ ਪਤਾ ਕੋਈ ਨਾ ਲੱਗ ਜਾਣ ਦੇ ਭਾਈ ਮੈਚ ਲੱਗ ਗਿਆ ਜੀ ਸਾਡਾ ਮੈਚ ਲੱਗਿਆ ਇੰਨਾ ਮੈਚ ਖੜਕਿਆ ਜੀ ਸਾਡਾ ਅੱਧੇ ਅੱਧੇ ਪੁਆਇੰਟ 'ਤੇ ਮੈਚ ਸਾਡੀ ਤਿੰਨ ਗੇਰ ਮੈਚ ਦੇ ਵਿੱਚ ਉਹਨਾਂ ਨੇ ਰੈਫਰੀ ਕੁੱਟ ਤਾਂ ਮਾਟੇ ਨੇ ਉਹ ਜ਼ਿਆਦਾ ਤਿੰਨ ਗੇਰ ਰੈਫਰੀ ਕੁੱਟਿਆ ਤਿੰਨ ਰੈਫਰੀ ਬਲਦਾਏ ਉਹਨਾਂ ਨੇ ਅਸੀਂ ਅੱਧੇ ਪੁਆਇੰਟ 'ਤੇ ਨਾ ਫਿਰ ਵੀ ਜਿੱਤ ਗਏ ਲਾਸਟ ਰੇਟ 'ਤੇ ਮੇਰੇ ਯਾਦ ਆ ਜੀ ਉਹ ਗੱਲ ਲਾਸਟ ਰੇਟ ਉਦੋਂ 15 ਪਾਉਂਦੇ ਹੁੰਦੇ ਸੀ ਵੀ ਹੁਣ ਤਾਂ ਕਹਿੰਦੇ ਵੀ ਵਿੱਚ ਪੁਆਇੰਟ ਜ਼ਰੂਰੀ ਆ ਉਦੋਂ 15 ਜ਼ਰੂਰੀ ਹੁੰਦੇ ਸੀ ਸਾਡਾ ਅੱਧਾ ਪੁਆਇੰਟ ਉੱਤੇ ਸੀਗਾ ਮੈਂ 15 ਕਰਕੇ ਆਇਆ ਸੀ 15 'ਤੇ ਹੀ ਮੈਂ ਜਿੱਤਿਆ ਇੰਨਾ ਮੈਚ ਸਾਡਾ ਤਕੜਾ ਲੱਗਿਆ ਜੀ ਬਹੁਤ ਇੱਕ ਸਾਨੂੰ ਹੋਰ ਦੱਸਦਾ ਜਿਹੜੀ ਜ਼ਿਆਦਾ ਮੈਚ ਸਾਡਾ ਲੱਗਿਆ ਇੱਧਰ ਮਲੋਹ ਕੋਲ ਸੌਂਟੀ ਪਿੰਡ ਪੈਂਦਾ ਸੌਂਟੀ ਦੇ ਉਰਲੇ ਪਾਸੇ ਮਾਜਰੀ ਟੂਰਨਾਮੈਂਟ ਹੁੰਦਾ ਸੀ ਉੱਥੇ ਸ਼ੁਕਰੀਆ ਚਲਿਆ ਗਿਆ ਢੇਰੀ ਵਾਲਾ ਅਸੀਂ ਗਏ ਸੀ ਮੰਗ ਵਾਲਾ ਨਾਭੇ ਕੋਲ ਉਦਣੇ ਉਸ ਦਿਨ ਅਸੀਂ ਤਾਂ ਆਏ ਨਾ ਖੇਡਣ ਇੱਥੇ ਸ਼ੁਕਰੀਆ 60 ਕਿਲੋ ਇੱਕ ਪਿੰਡ ਓਪਨ ਆਹ ਲੋ ਪੰਜ ਵੀ ਉਹਨੇ ਕੋਈ ਜੱਫਾ ਨਾ ਖਾਧਾ ਅਤੇ ਵਿੱਚ ਜਿਹੜੇ ਲੋਕ ਸਾਨੂੰ ਜਾਣਦੇ ਸੀ ਉਹ ਕਹਿੰਦੇ ਵੀ ਜੇ ਲਿਛਾੜੇ ਵਾਲੇ ਅੱਜ ਇੱਥੇ ਹੁੰਦੇ ਵੀ ਫਿਰ ਮੈਚ ਦਾ ਪਤਾ ਲੱਗਦਾ ਉਹਨਾਂ ਨੂੰ ਜੀ ਇੱਥੇ ਵਾਲੇ ਆਪਣੇ ਜਿੱਥੇ ਟੂਰਨਾਮੈਂਟ ਸੀ ਉਹ ਲੈ ਗਏ ਸੌਂਟੀ ਵਾਲੇ ਵੀ ਕੱਲ੍ਹ ਨੂੰ ਸਾਡੇ ਪਿੰਡ ਟੂਰਨਾਮੈਂਟ ਆ ਵੀ ਸ਼ੁਕਰੀਆ ਤੂੰ ਆ ਜਾ ਉਹਨੂੰ ਉੱਥੇ ਲੈ ਗਏ ਜੀ ਪਿੰਡ 'ਚ ਫੇਰਿਆ ਪਿੰਡ 'ਚ ਦੱਸਿਆ ਲੋਕਾਂ ਨੂੰ ਵੀ ਇਹ ਤਕੜਾ ਪਲੇਅਰ ਆ ਉਹਨੂੰ ਜੀ ਗਲ 'ਚ ਦੁਪੱਟਾ ਪਾ ਕੇ ਦੋ ਦੋ ਚਾਰ ਚਾਰ ਰੁਪਈਏ ਦਿੱਤੇ ਸਾਰਿਆਂ ਨੇ ਜੀ ਦਿੱਤੇ ਅਤੇ ਸਾਨੂੰ ਪਤਾ ਲੱਗਾ ਵੀ ਕੱਲ੍ਹ ਨੂੰ ਸੌਂਟੀ ਟੂਰਨਾਮੈਂਟ ਆ ਅਸੀਂ ਵੀ ਚਲੇ ਗਏ ਜਾ ਕੇ ਜਾਣ ਲੱਗੇ ਜੀ ਅਸੀਂ ਉੱਥੇ ਅਨਾਊਂਸਮੈਂਟ ਸੁਣੀ ਫਲਾਨੀ ਲੰਬੜਦਾਰ ਨੇ ਸ਼ੁਕਰੀਏ ਨੂੰ 5 ਰੁਪਈਏ 2 ਰੁਪਈਏ ਦਿੰਦੀ ਐਂ ਬੋਲਣ ਅਸੀਂ ਕਿਹਾ ਵੀ ਇਹ ਕੀ ਗੱਲ ਆ ਤਾਂ ਸਾਨੂੰ ਪਤਾ ਲੱਗਿਆ ਵੀ ਕਹਿੰਦੇ ਵੀ ਕੱਲ੍ਹ ਸ਼ੁਕਰੀਆ ਇੱਥੇ ਰੁਕਿਆ ਨਹੀਂ ਵੀ ਮਤਲਬ ਮਾਜਰੀ ਟੂਰਨਾਮੈਂਟ ਹੋਇਆ ਕਿ ਵੀ ਚੱਲ ਕੋਈ ਨਾ ਹੌਲੀ ਹੌਲੀ ਸਾਡੇ ਨਾਲ ਇੱਕ ਬੰਦਾ ਜਾਂਦਾ ਹੁੰਦਾ ਜੀ ਮੁੰਡਾ ਛੋਟਾ ਜਿਹਾ ਸ਼ੌਂਕ ਕੀਤੀ ਉਹ ਨਾਲ ਉਹ ਜਾਂ ਚਲਿਆ ਗਿਆ ਖੇਡਾਂ 'ਤੇ ਤਾਂ ਥੋੜ੍ਹੀ ਜਿਹੀ ਕੀਲੇ 'ਚ ਫਰਕ ਨਾ ਬੈਠੇ ਉਹ ਕਹਿੰਦੇ ਵੀ ਲਿਛਾੜੇ ਵਾਲੇ ਆ ਗਿਆ ਮੁੰਡਾ ਫਿਰਦਾ ਉੱਥੇ ਦਾ ਉਹਨੂੰ ਪੁੱਛਿਆ ਕਹਿੰਦੇ ਵੀ ਤੂੰ ਕਹਿੰਦੇ ਵੀ ਲਿਛਾੜੇ ਵਾਲੇ ਆ ਗਏ ਅੱਜ ਉਹ ਕਹਿੰਦਾ ਹਾਂ ਆ ਗਏ ਉਹ ਪ੍ਰਧਾਨ ਦਾ ਭਾਈ ਨੂੰ ਬਹੁਤ ਇੰਟਰਸਟ ਸੀ ਸਾਡੇ ਬਾਰੇ ਸਾਨੂੰ ਮੈਂ ਸਾਡੇ ਦੇਖਦਾ ਸੀ ਉਹ ਉਹਨੂੰ ਲੈ ਕੇ ਆ ਗਿਆ ਜੀ ਉਹ ਲੈ ਕੇ ਆ ਗਿਆ ਉਹ ਕਹਿੰਦਾ ਵੀ ਤੈਨੂੰ ਮੈਂ 50 ਰੁਪਏ ਦਊਂ ਜੇ ਮੈਨੂੰ ਤੂੰ ਅੱਜ ਲਿਛਾੜੇ ਵਾਲੇ ਦਿਖਾ ਦੇਵੇ ਉਹ ਕਹਿੰਦਾ ਆ ਜਾ ਤੈਨੂੰ ਦਿਖਾਉਣਾ ਉਹ ਸਾਡੇ ਨਾਲ ਹੋ ਗਿਆ ਉਹ ਜੀ ਮੋਟਰ 'ਤੇ ਸੀ ਪਾਏ ਉਹਨੇ ਸਾਈਕਲ 'ਤੇ ਸੁੱਟ ਕੇ ਦੂਰੋਂ ਆ ਕੇ ਭੱਜ ਕੇ ਆ ਕੇ ਮੇਰੇ ਜਾਫੀ ਨੂੰ ਜੱਫੀ ਪਾ ਲਈ ਸੱਚੀ ਗੱਲ ਆ ਜੀ ਇਹ ਉਹ ਕਹਿੰਦਾ ਵੀ ਤੁਸੀਂ ਆ ਗਏ ਵੀ ਸਾਡੇ ਤਾਂ ਕੱਲ੍ਹ ਇੱਥੇ ਸ਼ੁਕਰੀਏ ਦੇ ਕੰਨ ਖਾਧੇ ਪੈ ਨੇ ਲੋਕਾਂ ਦੇ ਬਈ ਐਂ ਵੀ ਇਹਨੂੰ ਕਿਹਦੀ ਕੋਈ ਬਾਂਹ ਨਹੀਂ ਫੜਦਾ ਇਹਨੂੰ ਐਂ ਨਹੀਂ ਕਰਦਾ ਫਲਾਉਂਦਾ ਕਹਿੰਦਾ ਤੁਹਾਡਾ ਮੈਚ ਦੇਖਣਾ ਜਦ ਕਿ ਮੈਚ ਖੇਡਣਾ ਹੈ ਕੋਈ ਗੱਲ ਨਹੀਂ ਹਾਂਜੀ ਸਾਡੀ ਟੀਮ ਐਂਟਰੋ ਨਹੀਂ ਕਰਾਤੀ 57-52 ਕਿਲੋ ਦੇ ਮੈਚ ਬੰਦ ਕਰਕੇ ਜੀ ਸਾਡਾ ਪਹਿਲਾ ਹੀ ਮੈਚ ਲਿਸਾੜਾ ਵਰਜਿਸ ਟੈਪੀ ਉਹ ਢੇਰੀ ਪਾਤਾ ਅਤੇ ਦੋਵੇਂ ਟੀਮਾਂ ਐਂਟਰ ਕਿਉਂ ਤਾਂ ਪਹਿਲਾਂ ਹੀ ਐਂਟਰ ਦੀ ਸਾਡੀ ਉਹਨੇ ਪ੍ਰਧਾਨ ਦੇ ਭਾਈ ਨੇ ਕਰਾਤੀ ਜਾ ਕੇ ਮੈਚ ਬੋਲਦਾ ਜੀ ਲੋਕਾਂ ਨੂੰ ਜਿਹੜੇ ਇੰਟਰਸਟ ਸੀ ਉਹ ਆ ਗਏ ਪ੍ਰੀਤਮ ਵੀ ਉੱਥੇ ਖੜ੍ਹਾ ਸੀ ਮੇਰੇ ਐਨ ਜ਼ਿਆਦਾ ਪ੍ਰੀਤਮ ਟਰੈਕਟਰ 'ਤੇ ਖੜ੍ਹਾ ਸੀ ਆਪਣਾ ਵਾਲਾ ਅਤੇ ਜਦੋਂ ਮੈਚ ਚੱਲਿਆ ਜੀ ਇਕੱਠ ਹੋ ਗਿਆ ਕਿਉਂ ਲੋਕ ਇੰਟਰਸਟ ਦੀ ਮੇਲਾ ਪੂਰਾ ਖੜਾ ਭਰ ਗਿਆ ਮੈਚ ਲੱਗਿਆ ਜੀ ਤੁਸੀਂ ਗੱਲ ਮੰਨ ਲਓ ਉਹਨਾਂ ਦੀ 8:30 ਨੰਬਰਾਂ 'ਤੇ 0 ਤੋੜੀ ਅਸੀਂ ਤੁਸੀਂ ਯਕੀਨ ਮੰਨੋ ਕੌਡੀ ਦਾ ਸ਼ੌਕ ਤੀ ਮੈਨੂੰ ਹੁਣ ਜੇ ਤੁਸੀਂ ਪੁੱਛੋ ਵੀ ਨਾਮ ਕਿੰਨਾ ਦੀ ਲਾਮ ਦਾ ਨਹੀਂ ਮੈਨੂੰ ਪਤਾ ਨਾਮ ਕਿੰਨਾ ਹੋਊਗਾ 600-400 ਉਹ ਇਹ ਮੈਚ ਮੇਰੇ ਬਹੁਤੇ ਕਹਿੜੇ ਲੱਗੇ ਅੱਛਾ ਓਪਨ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਯਾਦਾਂ ਜੁੜੀਆਂ ਹੋਈਆਂ ਨੇ ਜਿਹੜੀਆਂ ਤੁਹਾਡੀਆਂ ਖੇਡ ਗਰਾਊਂਡ ਦੇ ਓਪਨ ਦੇ ਵਿੱਚ ਜੀ ਅਸੀਂ ਕਿਰਾਂ ਖੇਡਣ ਚਲੇ ਗਏ ਚਨਾਥਲ ਉੱਥੇ ਭੀਮਾ ਆਇਆ ਸੀ ਹੇੜੀ ਵਾਲਾ ਉੱਥੇ ਟੀਮਾਂ ਐਂਟਰ ਭੀਮੇ ਦੀ ਮਲਕੀਤ ਢੈਚੇ ਦੀ ਸਾਡੀ ਇੱਕ ਇੱਥੇ ਆਪਣੀ ਲਲਹੇੜੀ ਪਿੰਡ ਜਾਣੀ ਘੋਲ ਵੀ ਗਿਆ ਹੋਇਆ ਉੱਥੇ 12 ਕਲੱਬ ਪੂਰੇ ਚੋਟੀ ਦੇ ਉਰੇ ਭਾਖੜਾ 'ਤੇ ਅਸੀਂ ਬੈਠੇ ਮੈਨੂੰ ਭੀਮਾ ਆ ਕੇ ਕਹਿਣ ਲੱਗਿਆ ਕਹਿੰਦਾ ਵੀ ਜਿੰਦਰੇ ਅੱਜ ਇੱਥੋਂ ਕਿਹੜਾ ਮਾਜਦਾ ਲਾਲ ਜਿੱਤੂ ਮੈਂ ਕਿਹਾ ਵੀ ਪਤਾ ਨਹੀਂ ਕੌਣ ਜਿੱਤੂ ਸਾਡਾ ਜੀ ਦੋ ਗੱਲ ਸਾਡੇ ਵਰਗੀਆਂ ਟੀਮਾਂ ਨਾਲ ਮੈਚ ਪੈ ਗਿਆ ਤਕੜੀਆਂ ਦਾ ਤਕੜੀਆਂ ਨਾਲ ਪੈ ਗਿਆ ਅਤੇ ਉੱਥੇ ਫਾਈਨਲ ਮੈਂ ਖੇਡਿਆ ਮਲਕੀਤ ਨਾਲ ਮਲਕੀਤ ਨੇ 100 ਮੈਚ ਖੇਡਣਾ ਦੀ ਮਲਕੀਤ ਨੂੰ 100 ਮੈਚ ਵਾਲੇ ਲੱਗੇ ਜੀ ਉੱਥੇ ਜਿੰਦਰਾ ਫਸਟ ਆਇਆ ਉਹ ਵੀ ਇੱਕ ਯਾਦਗਿਰੀ ਵਾਲਾ ਟੂਰਨਾਮੈਂਟ ਆ ਜੀ ਹਾਂ ਅਤੇ ਹੋਰ ਕੋਈ ਇਸ ਤਰ੍ਹਾਂ ਦੀ ਮੈਚ ਆ ਹੋਰ ਜੀ ਮੈਚ ਮੇਰਾ ਤਾਂ ਇਹੀ ਰਿਕਾਰਡ ਆ ਮੈਂ ਪਲੇਅਰਾਂ ਨੂੰ ਵੀ ਗੱਲਾਂ ਕਰਦਾ ਉਹਨਾਂ ਦੱਸਦਾ ਹੁੰਦਾ
मैं जी अपने 92 दे विच जदों मैं छड्डी आ बाट गलो उदों उदों जी मैं 66 टूर्नामेंट खेडिया लगातार 66 फास्ट जी वाह जी एक बहुत बड़ा रिकॉर्ड आ देखो मेरे नाल दे जाफी मेरा पिंड ये चीज़ का गवाह मैं एक भी मैच नहीं 66 मैचों चो हारिया देख लो लगातार खेडिया रोज़ डेली रोज़ खेडता रहा 15 अगस्त तो टूर्नामेंट शुरू करके असी अक्तूबर आ गया सी उदों लगातार डेली मैच खेडदे नूं जी एक बहुत बड़ा साडा रिकॉर्ड आ मैं कला रेडर हुंदा सी ते मैं कह लो मेरे दो जाफी तकड़े दी किन्नी टू थी एक स्वर्णी थी असीं तीन बंदियां ने 66 टूर्नामेंट खेडे 66 फर्स्ट छो मैचों की जो मैं पहला भी गल की जो ओपन की गल करिए यादगारी मैच खेले सो मैच तो जी आई ने भी मैं सो मैच थोड़ा घट खेडिया जाता अपने जरगड़ी वाले गोगी जितया मैं तो मैच साडा कलोटी ना भी पिया इन्होंने मैनू हराया बिंदर उन्होंने बिल्ला थी सोनी थी भोला थी तो एक इन्होंने मुंडा पुलसिया थी ये होंगी वधिया टीम होंगी थी मेरे मैच बहुत घोलना लगते रहे जी घोलना मेरे 2 साल मैच लगते रहे मैं घोल दो दो गेर हराया इसनपुर हराया जदेसे बाकी जी घोल मैं अद्धे तो ढाई से अद्धे तो ढाई से हरा बिल्कुल जी हाँ तो जे एरिए भवानी वाला पम्मा सी यदि टीम उदो तकड़ी हो गई यदा भी मैच मेरा पूरा तकड़ा लगता थी अद्धे डेढ़ से कितने जिदा तो कितने मैच जिदा हाँ जी उपर तो ज्यादा तंग कि जाफी ने करे ज्यादा जी मैं जाने जी मेरी हकीकत पहला तो मैं जी सोने ने बद फड़िया खटड़े वाले ने होर मैं किसी के लौट नहीं आया ना ही मैं कहने बह क्ड के फड़िया सोना इन्हें मैं बद फड़िया खटड़े वाले ने हाँ जी पैसे बहुत हो लगे जी लगते होंगे जी जाने आई 15-20 रुपये लग जाते होंगे तो बिच लोग बुलाते घट होंगे जी बिच फड़ा जाते जी हूँ ए नहीं थी पता भी कौन फड़ा गया पैसे जानू मैच के फाइनल हरेक टूर्नामेंट 100 रुपया बन जाता थी 100-150 रुपया बन जाता थी कुछ जाफी बन गए कुछ मेनू बन गए तो पैसे घट होंगे जी सू बैग बुग बहुते मिलते जी पैसे ने बस वो पैसे साढ़े एंट्री उंट्री के काम आ जाते किराए कराए के काम आ जाते जी वो जेडे 66 मैं टूर्नामेंट जितया वो मेरे जहाद आ जी टोटल मेरे को 1500 रुपया होया जी देख लो जब बाकी खर्चा परचा कढ गए तो वह मैं लास्ट मेरे ज्यादा मेरे को 1500-100 रुपया मेरे को बच गए बच गया जी हाँ जी अच्छा थोड़ी रेट की जी खासियत की रही है खासियत तो जी बस एक जी हूँ मैं आपकी कौडी का मैं सू दस रहा था बस हथ ला के मेरा दून मैं स्पीड नहीं पाता है जाने मैं अलझ तो बंदे बहुत घट हों मैं नेड़े नहीं लग्या एक ओपन का मैच जी होर मेरा वधिया लग्या मेरे याद आ गया साडा चौंदे ना मैच लग्या एक बस्सियां दा मुंडा हुंदा दीसा कनेडा जाओ वह उदों पटियाले पढ़ता जी अपने फिजिकल कॉलेज च वह अपने पैपसू वालों का सो अपने सो मैच का पूरा वधिया प्लेयर सी दीसा बस्सियां वाला उहनूं लियाए सानूं हराउण वास्ते देखो नाभे को बौड़ा पिंड पैंदा उत्थे मैच लग्या जी तो दीसा कौडियां पाउण लग्या मैं पाउण लग्या मैं तो बिल्डरां तों की रुकना थी जदों लास्ट मैच के साडा उही 1.5 वध चले दीसा 2 कनेडा ते मैनूं फड़न आया तो मैं नहीं फड़िया गया शरीर गर्म सी स्पीड उहदे कुछ वध थी दीसा 20 बंदा स्पीटी थी तो मैं उहदे गेड़ च आया वह भी मैच हराया जी जाने दीसे ने बहुत बड़ा दुख मन्निया थी मेरे वह भी ज्यादा क्यों तकड़ा प्लेयर से आल ओपन का प्लेयर से असी किलों वाले से असी हरा गया उन्हें बड़ा दुख मनिया है वो मैच भी बहुत तकड़ा लगे जी अच्छा जिस तरह तुसी दस्या भी तुसी स्पीडी रेडर सी ते उहदे वास्ते तुसी किन्नी क मेहनत करते सी ते किहदे कोले करते सी ते खुराक का की शड्यूल हुंदा सी तुहाडा देखो जी पहली गल तो यह चीज़ है भी साढ़े पुराना प्लेयर कोई है नहीं सी साडे पिंड ना कोई लवे लाने पुछदे हुंदे सी असी लवे सोनी का प्यो सी भलवान छौड़े तो पऊ वो जाते होंगे सी दसदा होंगे भी भाई बदम रगड़ के पीने से बदम बहुत पीता थे मैं डेली 2-3 साल बदम पीते डेली नरने कालजे रगड़ के बदमा समान पा के पानी पूनी पी के तो उदू बाद स्प्रिंटा मैं ला आता हूँ दी जी पोले थो लाइया बाहे मैं जी 55-55 56-56 स्प्रिंटा जाने 60 का एरिया कह लो इनिया स्प्रिंटा मैं डेली लाँदा सी टूर्नामेंटा तो पहला महीना 15 अगस्त तो शुरू तो टूर्नामेंट शुरू होता हूँ जी मैं 7वें महीने के मेहनत शुरू कर दिता जी बाकी जी आथने खेडनी रोज़ वो 2-2.5 घंटे 2-2.5 घंटे जी असं डेली प्रैक्टिस करते उदू बाद मैच ताइयों इन्ने 2-3 बंदे खेडी जाते प्रैक्टिस बहुत ही करते जी
पूरी मेहनत जी 2.5 घंटे हूँ अजक 4 गोडिया नहीं पाते मुंडे साढ़े पिंड की गल है साढ़े पिंड के मेरा ख्याल 5 रेडर ने 5 रेडर नहीं थी मैच गोडिया पूरी पाते मैं इन्होंने गाला कड़ता जी मैं कहते भी तुम 5 खड़के नहीं गोडिया पाते मैं कला पाँगा रहा कल का कारण यही थी भी मैं मेहनत बहुत ही करता थी मेहनत ना ही कोई करा सिर्फ शौक हों भी फलाने पिंड की टीम हरानी है बी फलाना जाफी तो ऐ भजना इन्ने जोर ना भजना एक मेहनत करते जी अच्छा तो कोई नौकरी का सबब नहीं बनया नौकरी का नहीं जी कोई सबब बनया जो खेडते जी उदो मंत्री सी अपने मांगे वाल उन्होंने मैंने कहा जी कहते भी तू अपने सर्टिफिकेट लिया भी तेन अब पुलिस भर्ती करा उदो खाड़कू लहर ने साड़ी थोड़ी जी जिंदगी से ठोकर मारी है खाड़कू लहर से उन्होंने अगति भी पुलिस भर्ती जोड़ा बंदा हो गया भी उन्होंने असं परिवार चक देंगे ऐ कर देंगे उदो के साडा टाइम से भर्ती होने का हाँ वो टाइम साडा टाइम खराब हो गया डरते नहीं हुए सानू पुलिस वाले टूरनामेंटा तो भी लैन आए थे कई बार भी आज सू भर्ती कर ले तुसी रख ले पर असी जाते नहीं थी भज जाते थे अच्छा जो तुसी कबड्डी शुरू की है आप पिछे जाने थोड़ा उदों तुहाडे जिहड़े घर के हालात से वह किस तरह के कम कार किदां दा सी करदा घर तो जी ये बजुर्ग कम वाले होंदे थे कबड्डी बारे नहीं ध्यान देंदे थे इन्हां तो चोरी जाना पैंदा सी खेतीबाड़ी का शौक सी बजुर्गों इन्हों की गल एको होंगी थी बी बस तेरी जो लत्त बह टुट गई असी नहीं समरानी असी तो ऐ नहीं करनी दूसरी गल जो कम करना नाल इन्होंने हकीकत पाउन लग जाने जोड़े मल होंगे इन्हों हड दुखते हैं इन्होंने मगर रोटी नहीं मिलती ये तो अंबली हो जाते हैं इन्होंने ये गल् कर रहे हैं पर असी वो ना छड़ के गल् मेरा ध्यान मैं वो चाहे होंगे मेहनत से जो हथन जो होना बांदा बोंदा मार के भज के ग्राउंड से जाने ही जाना खेडन बारे तो कोई किसी नूं दिंदा नहीं सीगा जी एक उदो खेडां कुछ है नहीं थी खेडां च पैसा टुकर कोई है नहीं थी हुण जिहड़ा मुख हो गया इन्नी दुनिया कौडी खेडण लग गई एक तो बाहर जाने लग गए वधिया प्लेयर पहली गल हरेक नूं कनेडा दिंदी आ जिवें अजकल दे प्लेयरां नूं कनेडा दिंदी आ ते सानूं उदों ऐ दिंदी सी वी फलाना पिंड हराउणा गल इन्नी होती बस आ फर्क सी इन्ना ही फर्क सी सानूं ऐ ती वी फलाना पिंड हराउणा हुण अजकल दे प्लेयरां नूं ऐ वी मैं तकड़ा होवां कौडिया पावां कनेडा जावां बस इन्ना फर्क है जी हाँ जी ते सानूं बस इन्ना दी वी ऐतकी उह फलाने वाले हराउणे ने धमका पिंड हराउणा हुंदा प्योर पिंड दी कोई बगाना निकलाउणा ते इहदे विच सानूं घाट बहुत पई आ बिल्कुल जिहड़ा असीं प्योर पिंड खेड गए दो बंदे खेड गए जी सानूं बहुत घाट पई आ असीं कोई तकड़ा प्लेयर जिवें टैपी वाला थी जां सुक्रिया थी उह नाल खेड गए असीं होर चमकदे चमकदे कोई संस्था वल्लों खेडदे तां जित्ते ते तां असीं बाहर भी जांदे इह चीज़ दी सानूं घाट पै गई इह घाट हुण भी पैंदी आ हूँ भी यार मैं असी तो आप रहने जुड़े हुए ग्राउंड नाल मैं तो हूँ भी कहना कोचों कहना क्लबों रह दें भी तुम पकौडी में जान रखने वास्ते भी तुम पिंड वर्क लाया करो पहले दिन जी किलों की चलती है वो पिंड वर्क लाओ नरोल पिंड दूए दिन जो दो बारों या तीन बारों वह कला लो मैच वधिया होणगे वधिया होणगे तो कौडी के प्लेयर बिच वधिया होंदे रहणगे हुण जे आपां ਆਪਾਂ ਪਿੰਡ ਵਾਲੂ ਜਮੇ ਖਤਮ ਕਰਦੇ ਆ ਤਾਂ ਪਿੰਡਾਂ ਚੋਂ ਪਲੇਅਰ ਕਿਵੇਂ ਨਿਕਲਣਗੇ ਕਿਵੇਂ ਪੈਦਾ ਹੋਣਗੇ ਪੈਦਾ ਕਿਵੇਂ ਹੋਣਗੇ ਜੇ ਇਹ ਕਲੱਬਾਂ ਨੂੰ ਜਿਹੜੇ ਟੂਰਨਾਮੈਂਟ ਕਰਾਉਂਦੇ ਨੇ ਉਹਨਾਂ ਨੂੰ ਅਸੀਂ ਹਰ ਥਾਂ ਕਹਿੰਦੇ ਆ ਇਹ ਗੱਲ ਜਾਂ ਰੈਫਰੀ ਕਰਨੇ ਜਾਂਦੇ ਆ ਵੀ ਤੁਸੀਂ ਪਿਓਰ ਪਿੰਡ ਦੇ ਮੈਚ ਰਖਾਇਆ ਕਰੋ ਪਿਓਰ ਪਿੰਡ ਦੇ ਵਿੱਚ ਨਾਮ ਵੀ ਰੱਖੋ ਤੇ ਲੋਕ ਮੁੰਡੇ ਨੇ ਜਿਹੜੇ ਪਿੰਡ ਦੇ ਪਲੇਅਰ ਨੇ ਪਿੰਡ ਦੇ ਪਲੇਅਰਾਂ ਨੂੰ ਠਾਲਣ ਹਾਂਜੀ ਪਿੰਡ ਦੀਆਂ ਟੀਮਾਂ ਬਣਨ ਦੂਏ ਦਿਨ ਫਿਰ ਮੈਚ ਬੱਬਾ ਰੱਖ ਲਓ ਦੋ ਬਾਰੋਂ ਤਿੰਨ ਬਾਰੋਂ ਜਿਹੜੀਆਂ ਕਲੱਬਾਂ ਇੱਕੇ ਦਿਨ ਫਾਹਾ ਵੜ ਦਿੰਦੀਆਂ ਨੇ ਬਾਹਰੋਂ ਰੱਖ ਕੇ ਉਹਦੇ ਵਿੱਚ ਬਹੁਤੇ ਪਲੇਅਰ ਵਧੀਆ ਦਾ ਬਾਹਰੇ ਬੈਠੇ ਰਹਿ ਜਾਂਦੇ ਆ ਉਹਨਾਂ ਦਾ ਟਾਈਮ ਖਰਾਬ ਹੋ ਜਾਂਦਾ ਜ਼ਿੰਦਗੀਆਂ ਖਰਾਬ ਹੋ ਜਾਂਦੀਆਂ ਨੇ ਹਾਂਜੀ ਆਹ ਗੱਲ ਹੈ ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਘਰੋਂ ਤਾਂ ਰੋਕਦੇ ਸੀਗੇ ਗਾਲਾਂ ਤਾਂ ਮਿਲਦੀਆਂ ਸੀ ਕਈ ਵਾਰੀ ਛਿੱਤਰ ਵੀ ਪੈਂਦੇ ਸੀ ਤੇ ਫਿਰ ਜਦੋਂ ਅਰਜਿੰਦਰ ਸਿੰਘ ਦਾ ਨਾਂ ਬਣ ਗਿਆ ਜਿੰਦਰਾ ਲਸਾੜੇ ਵਾਲੇ ਕਰਕੇ ਲੋਕ ਜਾਣ ਲੱਗ ਗਏ ਫਿਰ ਤਾਂ ਪਿੰਡ ਵਾਲੇ ਵੀ ਆ ਕੇ ਦੱਸ ਦੇਣੇ ਵੀ ਬਾਬਾ ਤੁਹਾਡਾ ਮੁੰਡਾ ਬੜਾ ਕਬੱਡੀ ਖੇਡਦਾ ਤੇ ਫਿਰ ਉਦੋਂ ਫਿਰ ਕਿਵੇਂ ਲੱਗਦਾ ਸੀ ਘਰ ਦਾ ਫਿਰ ਤਾਂ ਕਰਦੇ ਨਾਲ ਮਦਦ ਕਰਨ ਲੱਗ ਗਏ ਸੀ ਵੀ ਤੂੰ ਜਾ ਗੋਡੀ ਫੇਰ ਗੋਡੀ ਬਾਰੇ ਰੋਕਣੋਂ ਹਟ ਗਏ ਸੀ ਫਿਰ ਨਹੀਂ ਤੇ ਕਹਿੰਦੇ ਵੀ ਤੂੰ ਨਾ ਜਾ ਖੇਡਣ ਫਿਰ ਤਾਂ ਜਦ ਨਾਂ ਆਉਣ ਲੱਗ ਜਾਂਦਾ ਮਾਂ ਪਿਓ ਨੂੰ ਹੌਸਲਾ ਹੋ ਜਾਂਦਾ ਅਤੇ ਸਾਨੂੰ ਹੌਸਲਾ ਹੋ ਜਾਂਦਾ ਦੋ ਸਾਰਿਆਂ ਨੂੰ ਖੁਸ਼ੀ ਦੀ ਗੱਲ ਇਹ ਦਿੱਤੀ ਵੀ ਅਸੀਂ ਕਿਤੇ ਹਰਕੇ ਨਹੀਂ ਦੀ ਆਏ ਕੀ ਕਹਿਣਾ ਵੀ ਹਰ ਗਏ ਦੋ ਵਾਰ ਤਾਂ
कोई खास गल नहीं थी घर वो रोज जद्दे थी सानू तो जमे नहीं थी दुख हों तो घरद आके दसना लोगों ने पिंड छोटा मुंडा आया खेडा खेडा फिर दिल के चौ तो होंगे हाँ जी हाँ जी बिल्कुल जी अच्छा एक उदो देखो नैट तो होनी जी आएगा फुटबॉल वीडियो कैसटा भी बहुत घट ने कितनी मिलती है मिलती हाँ जी फिर हम थोड़ा लगता नहीं भी जे हूँ जो भी साड़िया भी रेडा पाया उ गल अगे जो कहते वेले कट्ठ होंगे थी बहुत कट्ठा का कारण की थी वह बंदा जाके देखता थी हूँ लोग देख लग गए मोबाइल के टूरनामेंट के कट्ठ कट गए आम तो लोग कहते भी दुनिया टूरनामेंट देख हट गई असं कहने भी हटी नहीं दुनिया बद देख लग गई हूँ तो दुनिया अगे ना टूरनामेंट बद देख लग गई पर जो कट्ठ ने घटाते मोबाइलों ने लोग मोबाइलों से बैठे देखे हाँ अगे कट्ठ होंगे जिड़े बंद ने देख लिया मौके से जाके तो उन्हें देख लिया वो करके कट्ठ बद ही बिल्कुल जी अच्छा छोटे वेले देखो इनाम घट से पैसे भी तुम दस भी इन्ने के बनते हूँ तो सुख ना एन आर आई भराव करके बहुत कबड्डी है जी सा प्रमोटर करके बहुत उच्ची बाकी बहुत पैसा बनता फिर तुम्हें यह भी लगता होना कितने कितने भी जो साढ़े वे इन्ने पैसे होंगे तो गल कुछ नहीं आप तो कुछ मचता होना आप तो कुछ घट आ जिहड़े साडे लोग सौके दे नाल जांदे ने नाल जांदे ते उहनां नूं साडे बारे पता दी इहनां दी इन्नी गेम आ आपदी गेम बारे बंदे नूं नहीं पता हुंदा आपदी गेम बारे तां ही हुंदा हरेक मल्ले नूं वी मैं हजे माड़ा हां जी जिहड़े रोग लोग देखदे उह दसदे आ वी तूं किड्डा को गया किड्डा कमाला उह कहिंदे हुंदे सानूं आ के वी जे छोडे वेले इन्ना पैसा हुंदा वी तुसीं तां सौने दे घर पा लैंदे कि सौने दे घर आया मतलब कितें हार के तां आउंदे नहीं थी देखो जी इह वी इक बहुत बड़ी हकीकत आ साढ़े एरिए दस टूरनामेंट होंगे तकड़े धमोट हों जर्ग हों रौने हों किला रायपुर हों गुजराल हों सराबे हों मेरे सारे टूरनामेंट मेरे एक बहुत बड़ी हकीकत सारे फर्स्ट ने कोट गंगूराए कहते भी गर्मिया का थम हों देतूपुर जट्टा ये टूरनामेंट तो मैं सारे तो फर्स्ट आया हाँ जी दो साल तो 91-92 दो साल हम इन्ना चर खेड हों हूँ तो पैसा करके लंबे प्लेयर खेडी जाते हैं तो उदू बाद ज्यादा जब पूरा मल चोटी का हो गया फिर मेहनत भी आप घटा दें आप खुराक भी घटा भी मैं तो तकड़ा मल हो गया क्या कोई सिक्ख्या वाला होंगे नहीं बहुता कोई दस वाला होंगे नहीं पर आप अपनी मर्जी कर लग गया उठ के उदू बाद फिर डाउन बैन का बंदा बह बू करा लेना यानी दो साल तीन साल अस पूरा पूरा कह के खेडिया कुछ बनता तो है नहीं थी तो आ जा खेती आ जा बापू ने ट्रैक्टर लेता ट्रैक्टर का चौ हो गया तो ट्रैक्टर चला लग गए वो करके छड़ती होर कोई प्रॉब्लम नहीं आई अच्छा जिस तरह तुम दस भी थोड़े तो पहला पिंड के खिलाड़ी नहीं सी नहीं जी जी तो उस तो बाद पंजाह वे आ गए पंजाह जी पूरे पूरे भतीजा उस तो बाद खिलाड़ी जे अगे आए हूँ जी एक थोड़ा भतीजा है बब्बू लसाड़ा यदा भी बहुत वधिया नाम है हाँ होर किहड़े-किहड़े खिलाड़ी जिहड़े तुहानूं वेख के अगे आए ये दो प्लेयर मेरे तो देख के जी तकरीबन मैं नहीं कहता ये पिंड के कहते भी तू जड़ लाई आ भी कबड्डी खेडन लाते ये साढ़े पिंड के दो प्लेयर बहुत ही उपर आए हैं तो अपने करमजीत ज्ञानी तो एक जो अपने करमजीत का भाई है छोटा ज्ञानी वह भी आ पर उत्ते उन्ना नहीं आया जिन्ना ये अपने करमजीत है बब्बू आ बब्बू की स्पीड पहला तो बद आ जिमें कह दी आप रब्बी गेम ये स्कूलों भी वधिया खेडिया पंजाब तक खेडिया नैनल स्टाइल उदू बाद बाड़क गलो थोड़े मैच खेडे बुद्धू का मुंडा खेलता ही कलजीत बहुत वधिया रेडर सी पर उत्ते नहीं आ सके जिमें मर्जी कह लो जौक नहीं दी जो टाइम जाते नहीं दो मुंडे ने खिच करी गाह जान दी कोचा मिलने वास्ते तो गाह अपने अकैडमिया कनैक्ट कराया जिमें कलजीत को कह लिए इन्हें किसी अकैडमी ने कनैक्ट नहीं कराया क्या बाहठ किलो रोज़ फास्ट आ जाना इन्हें 70 किलो रोज़ फास्ट आ जाना ये प्लेयर उदो 70 किलो के पैसा आ गया जी इन्हें कल ने 4-4 हज़ार लेके आना उधर अकैडमी ने 500 देना 1000 देना भी खास ही प्रॉब्लम पई है करके अज तरक्की गई है जोड़ा ये अपने मुंडा ये अपने करमजीत जी उ चल गया धनौले पहले तो अकैडमी जब अकैडमी चले गया दो साल तक पिंड ही नहीं आया इन्नी इन्हें प्रैक्टिस करी उ ज्ञान लिया
तो कोच ने कहने से रहा वो करके 2007 के बहुत तगड़ा खेड बहुत तगड़ा खेड बब्बू नाल मैं गल की थी पहला इंटरव्यू हुई इन्हों की को मैं उन्होंने पूछा भी थोनू मतलब कि सहयोग घर का ज होर किवें हुंदा सी कहिंदा घर का सहयोग तो यही हुंदा सी कहिंदे पहला तेरे चाचे ने कोठी पाली ते जिहड़ा उहदा रंग रोगन ताकियां ने उह तूं लाई ये सच गल है जी उदों बाद मैं तो बब्बू खेडन लग्या बब्बू वधिया खेडन लग्या हाँ जी कुछ वधिया खेडन लग्या कुछ पैसा दी कुछ पिंड दा दौर सी बब्बू नूं कहिंदे सी ਉਹਦੇ ਡੈਡੀ ਨੇ ਕਹਿੰਦੇ ਜੇ ਅੱਗੇ ਕਹਿੰਦੇ ਕੋਠੀਆਂ ਜਿੰਦਰੇ ਨੇ ਪਾਲੇ ਹੁਣ ਤੂੰ ਪਾਲੇਗਾ ਇਹ ਤਾਂ ਚੱਲ ਸ਼ੁਕਰ ਆ ਪਰਮਾਤਮਾ ਨੇ ਮਿਹਰ ਕਰਤੀ ਵਧੀਆ ਵਧੀਆ ਟਾਈਮ ਬਦਲ ਗਿਆ ਉਹਨੂੰ ਨਹੀਂ ਤਾਂ ਕੋਈ ਕੌਡੀ ਦਾ ਨਾਂ ਨਹੀਂ ਤੀ ਲੈਣ ਦਿੰਦਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਇਹ ਕਿਆ ਗੱਲ ਆ ਜੀ ਚੱਲ ਵਧੀਆ ਹੁਣ ਘਰ ਦਾ ਨਾਂ ਰੱਖਿਆ ਤੇ ਵਧੀਆ ਖੇਡਿਆ ਆਪਾਂ ਨੇ ਵੀ ਆਪਣਾ ਬੇਟਾ ਖੇਡਣ ਲਾਇਆ ਜੇ ਹੁਣ ਕੀ ਪਤਾ ਰੱਬ ਛੋੜ ਲਵੇ ਨਾ ਨਾ ਬਿਲਕੁਲ ਜੀ ਹਾਂਜੀ ਹਾਂ ਖੇਡਦਾ ਹੁਣ ਕਬੱਡੀ ਹਾਂ ਕਬੱਡੀ ਹਜੇ ਸਕੂਲਾਂ 'ਚੋਂ ਖੇਡਦਾ ਸੀ ਨੈਸ਼ਨਲ ਸਟਾਈਲ ਅਤੇ ਹੁਣ ਐਤਕੀ ਖੇਡਣ ਲੱਗਿਆ ਪੰਜਾਬ ਸਟਾਈਲ ਪਿਛਲੇ ਸਾਲ ਕੁੱਬਿਆਂ ਦੀ ਅਕੈਡਮੀ 'ਚ ਖੇਡਦਾ ਸੀ ਆਪਣੇ ਜਿਹੜੇ ਆ ਦੇਵੀਦਿਆਲ ਦੇਵੀਦਿਆਲ ਕੁੱਬਿਆਂ 'ਚ ਹਾਂ ਜੀ ਅਤੇ ਐਤਕੀ ਦੇਖੋ ਜੀ ਕੁਛ ਵਧੀਆ ਕੌਡੀਆਂ ਪਾਓ ਅਤੇ ਹੋਰ ਇੱਕ ਬੇਟਾ ਤੁਹਾਡੇ ਕੋਲ ਅਤੇ ਹੋਰ ਪਰਿਵਾਰ ਦੇ ਵਿੱਚ ਕੌਣ ਕੌਣ ਪਰਿਵਾਰ ਦੇ ਵਿੱਚ ਬੇਟੀ ਆ ਜੀ ਬੇਟੀ ਨੇ ਹੁਣ ਆਪਣੇ ਨਰਸਿੰਗ ਕਰੀ ਹੋਈ ਆ ਜੀ ਕੋਰਸ ਕਰਿਆ ਬੰਦੀ ਕਰਕੇ ਆਈਲੈਟਸ ਕਰਨਾ ਸੀ ਅਤੇ ਆਪਣੇ ਨਰਸਿੰਗ 'ਚੋਂ ਪਾਸ ਹੋ ਗਈ ਅਤੇ ਪਹਿਲਾਂ ਇਹ ਖੇਡਦੀ ਰਹੀ ਹੈ ਵਾਲੀਬਾਲ ਜੀ ਵਾਲੀਬਾਲ ਖੇਡ ਕੇ ਆ ਜੀ ਝੂਠ ਕਹੋਗੇ ਤੁਸੀਂ ਤਾਂ 12 ਵਾਰ ਪੰਜਾਬ ਖੇਡਿਆ ਜੀ ਵਾਲੀਬਾਲ ਜੀ ਬੇਟੀ 17 ਵਾਰ ਦੱਸ ਰਹੀ ਸੀ ਜੀ ਹਾਂ 17 ਵਾਰ ਖੇਡ ਕੇ ਦੇਖ ਲਓ ਜੀ ਹਾਂਜੀ 17 ਉਹ ਸਰਟੀਫਿਕੇਟ ਨਹੀਂ ਜੀ ਉਹਦੇ ਕਰਾਂ ਸਰਟੀਫਿਕੇਟ ਦੱਸਦੇ ਆ ਜੀ ਹਾਂ ਜੀ ਅਤੇ ਬੇਟਾ ਕਬੱਡੀ ਵਾਲੇ ਪਾਸੇ ਹਾਂ ਜੀ ਉਹ ਕਬੱਡੀ ਵਾਲੇ ਪਾਸੇ ਜੀ ਵਧੀਆ ਖੇਡਦਾ ਜੀ 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 ਅਤੇ ਬਾਕੀ ਹਜੇ ਉਹਨਾਂ ਤਾਂ ਨਹੀਂ ਹੈਗਾ ਅਤੇ ਐਤ ਕੀ ਪਤਾ ਲੱਗੂ ਵੀ ਭਾਈ ਇੱਧਰ ਚਲੋ ਟਾਈਮ ਤਾਂ ਦੇਖੋ ਲੱਗਦਾ ਟਾਈਮ ਲੱਗੂ ਜੀ ਬਾਕੀ ਹੁਣ ਕੰਪੀਟੀਸ਼ਨ ਦਾ ਟਾਈਮ ਹੈ ਕੰਪੀਟੀਸ਼ਨ ਬਹੁਤ ਹੈ ਜੀ ਹਾਂਜੀ ਹਾਂਜੀ ਕਿਉਂਕਿ ਪਹਿਲਾਂ ਤੁਹਾਡੇ ਵੇਲੇ ਖਿਡਾਰੀ ਵੀ ਗਿਣਵੇਂ ਜਿਹੜੇ ਹੁੰਦੇ ਸੀ ਬਿਲਕੁਲ ਜੀ ਬਿਲਕੁਲ ਗਿਣਵੀਆਂ ਜਿਹੜੀਆਂ ਟੀਮਾਂ ਹੁੰਦੀਆਂ ਸੀ ਸਾਡੇ ਵੇਲੇ ਐਂ ਹੁੰਦਾ ਸੀਗਾ ਜੀ ਜਿਹੜੀ ਟੀਮ ਤਕੜੀ ਆ ਉਹ ਤਕੜੀ ਆ ਪਤਾ ਲੱਗ ਜਾਂਦਾ ਵੀ ਉਹ ਟੀਮ ਤਕੜੀ ਆ ਵੀ ਉਹੀ ਜਿੱਤੂ ਅਤੇ ਅੱਜ ਕੱਲ੍ਹ ਹੁਣ ਤੁਸੀਂ ਸਾਡੇ ਨਾਲ ਹੀ ਰਹਿੰਦੇ ਹੋ ਅੱਜ ਮੁੰਡਾ ਇੱਥੇ ਕਾਰਜ ਤੇ ਦਾ ਕੱਲ੍ਹ ਨੂੰ ਕੌਡੀ ਵੀ ਨਹੀਂ ਪਾਉਂਦਾ ਹੁਣ ਕੌਡੀ ਇਹੋ ਜਿਹੀ ਹੋ ਗਈ ਜੀ ਹਾਂਜੀ ਹਾਂਜੀ ਅਤੇ ਕੱਲ੍ਹ ਮੁੰਡਾ ਬੋਲਡ ਜਿੱਤ ਕੇ ਲੈ ਗਿਆ ਅੱਜ ਪਹਿਲੇ ਮੈਚ ਹਰ ਗਿਆ ਹਾਂਜੀ ਅੱਜ ਕੱਲ੍ਹ ਕੰਪੀਟੀਸ਼ਨ ਇਹੋ ਜਿਹਾ ਚੱਲਦਾ ਜੀ ਕੌਡੀ ਹਾਂਜੀ ਹੁਣ ਜਿਸ ਤਰ੍ਹਾਂ ਤੁਸੀਂ ਅੰਪਾਇਰਿੰਗ ਕਰਦੇ ਹੋ ਹਾਂਜੀ ਕਬੱਡੀ ਟੂਰਨਾਮੈਂਟ 'ਤੇ ਜਾ ਕੇ ਅਤੇ ਉਹਦੇ ਨਾਲ ਤੁਹਾਡੇ ਘਰ ਦਾ ਜਿਹੜਾ ਮਤਲਬ ਕਿ ਵਧੀਆ ਖਰਚਾ ਚੱਲਦਾ ਅਤੇ ਉਹਦੇ ਨਾਲ ਫਿਰ ਹੋਰ ਕੰਮ ਕੀ ਕਰਦੇ ਜੀ ਕਰਦੇ ਦੇਖੋ ਜੀ ਜਿਹੜੀ ਇਹ ਕੌਡੀ ਦੀ ਰੈਫਰੀ ਕਰਨ ਲੱਗੇ ਇਹਨੇ ਸਾਨੂੰ ਬੱਸ ਦੇ ਰੱਖਤਾ ਜੀ ਜਵਾਕ ਪੜ੍ਹਾ ਲਏ ਵਧੀਆ ਕਿਉਂ ਜ਼ਮੀਨ ਸਾਡੇ ਕੋਲ ਥੋੜ੍ਹੀ ਜੀ ਆਪਣੇ 2.5-2.5 ਕਿੱਲੇ ਆਉਂਦੇ ਆ 2-2 ਕਿੱਲੇ ਉਹਦੇ ਨਾਲ ਖੇਤੀਬਾੜੀ ਦਾ ਕੰਮ ਚੱਲਦਾ ਅਤੇ ਜਿਹੜੀ ਇਹ ਰੈਫਰੀ ਕਰਨ ਲੱਗੇ ਇਹਦੇ ਨਾਲ ਪੈਸੇ ਵਧੀਆ ਆਉਣ ਨਾਲ ਆਪਦਾ ਸਰਕਲ ਘਰ ਦਾ ਚੱਲ ਪਿਆ ਜੀ ਬਹੁਤ ਵਧੀਆ ਚੱਲਿਆ ਹਾਂ ਅਤੇ ਜਿਹੜੀ ਕਬੱਡੀ ਬਾਰੇ ਜੇ ਗੇਮ ਬਾਰੇ ਪੁੱਛੋ ਜਦ ਤੱਕ ਕੁਛ ਵੀ ਨਹੀਂ ਖੱਟਿਆ ਪਰ ਆਹ ਗੱਲ ਆ ਜਿਹੜੀ ਹੁਣ ਐ ਮਨ ਸਮਝਾਈਦਾ ਵੀ ਜਿਹੜੀ ਰੈਫਰੀ ਕਰਦੇ ਆ ਕਬੱਡੀ ਕਰਕੇ ਕਬੱਡੀ ਕਰਕੇ ਕਬੱਡੀ ਕਰਕੇ ਜਿਹੜਾ ਨਾ ਅੱਗੇ ਆ ਤਾਂ ਉਹ ਵੀ ਕਬੱਡੀ ਕਰਕੇ ਹਾਂਜੀ ਬਿਲਕੁਲ ਜੀ ਬਿਲਕੁਲ ਅੱਛਾ ਜੀ ਗੱਲ ਕਰੀਏ ਤੁਹਾਡੇ ਸਮਕਾਲੀ ਖਿਡਾਰੀਆਂ ਦੀ ਅੱਛਾ ਜੀ ਤੁਸੀਂ 1993-94 ਤੱਕ ਕਬੱਡੀ ਖੇਡੇ ਹੋ ਕਿਹੜੇ ਕਿਹੜੇ ਖਿਡਾਰੀ ਸੀ ਉਸ ਟਾਈਮ 'ਤੇ ਆਲ ਪੰਜਾਬ ਦੇ ਮਾਝੇ ਦੇ ਦੁਆਬੇ ਦੇ ਮਾਲਵੇ ਦੇ ਦੇਖੋ ਜੀ ਉਦੋਂ ਸਾਡੇ ਤਾਂ ਪਲੇਅਰ ਤਕੜੇ ਹੋਏ ਨੇ ਜਿਹਦਾ ਪਿੰਡ ਵਾਰ ਕਹਿ ਲਈਏ ਫਿਰ ਤਾਂ ਘੋਲ ਸਿੰਘਾਂ ਦਾ ਉਦੋਂ ਜਿਹਨੂੰ ਸਾਊ ਤੌਰ 'ਤੇ ਵੀ ਕਹਿ ਲਓ ਅਤੇ ਨਿੱਘਾ ਪਲੇਅਰ ਅਤੇ ਗੇਮ ਤੋਂ ਵੀ ਤਕੜਾ ਅਤੇ ਉਦੋਂ ਬੈਸਟ ਫੈਨ ਕਹਿ ਲਓ ਮੈਨੂੰ ਅਤੇ ਮੈਂ ਸੀਗਾ ਜੀ ਆਪਣੇ ਗੋਲੇ ਦਾ ਜਰਗ ਵਾਲੇ ਦਾ ਬਹੁਤ ਤਕੜਾ ਪਲੇਅਰ ਖੇਡਿਆ ਇਹੋ ਜਿਹਾ ਪਲੇਅਰ ਨਹੀਂ ਹੋਇਆ ਅਤੇ ਉਦੋਂ ਬਾਅਦ ਮੈਂ ਹਰਜੀਤ ਬਾਜੇ ਖਾਂਦੇ ਉਹਨੇ ਵੀ ਦੇਖੇ ਨੇ ਪਰ ਗੋਲੇ ਵਾਲੀ ਜਗ੍ਹਾ ਨਹੀਂ ਗਏ ਆਪਦੀ ਟਾਈਮ ਜਗ੍ਹਾ ਵਧੀਆ ਤੀ ਉਹ ਪਰ ਜਿਹੜਾ ਗੋਲੇ ਉਹਨਾਂ ਦੀ ਗੇਮ ਤੀ ਜਾਂ ਮੱਲ ਬਣੇ ਹੋਏ ਸੀ ਐਡੇ ਐਡੇ ਤਕੜੇ ਉਹ ਨਹੀਂ ਹੋਏ ਜੀ ਹਾਂ ਇੰਨੇ ਤਕੜੇ ਮੱਲ ਫਿੱਡੂ ਹੁੰਦਾ ਜਾਂ ਫਿੱਡੂ ਉਹਨਾਂ ਦਾ ਮੈਚ ਆਉਣਾ ਜੱਸਾ ਹੁੰਦਾ ਮੰਡੀਆਂ ਵਾਲਾ ਇਹ ਸਾਰੇ ਮੈਚ ਆਪਣੇ ਦਲਵੀਰ ਚੌਧਰੀ ਹੁੰਦਾ ਬੋਲਾ ਗੁਰਦੇਵ ਬੋਲਾ ਹੁੰਦਾ ਪਤਲਾ ਪਾਤੜਾਂ ਵਾਲਾ ਜੀ ਹਾਂ ਪਾਤੜਾਂ ਵਾਲਾ ਜੀ ਹਾਂ ਜਦ ਇਹ ਵਿੱਚਾ ਪੜਦੇ ਸੀ ਇਹ ਤਾਂ ਜੀ ਥੰਮ ਸੀ ਹੁਣ ਤਾਂ ਉੱਡੇ ਉੱਡੇ ਮੱਲ ਵੀ ਨਹੀਂ ਜਿੱਡੇ ਐਡੇ ਮੱਲ ਪਲੇਅਰ ਸੀ ਹਾਂਜੀ ਅਤੇ ਇਹਨਾਂ ਨੂੰ ਅਸੀਂ ਬਹਿ ਕੇ ਦੇਖਦੇ ਹੁੰਦੇ ਆਪ ਜਦੋਂ ਆ ਬਜਨੀ ਖੇਡ ਕੇ ਮੈਚ ਸੀ ਬਹਿ ਕੇ ਦੇਖੇ ਨੇ ਮੈਚ ਇਹਨਾਂ ਦੇ ਅਤੇ ਕਾਕਾ ਖਹਿਰਾ ਉਹ ਜੀ ਕੋਈ ਰੇਡ ਨਹੀਂ ਪਾਉਂਦਾ ਇੰਨੀ ਸਪੀਡ ਜ਼ੋਰ ਨਾਲ ਆਉਣਾ ਇਹਨਾਂ ਨੇ ਅਤੇ ਬੜੇ ਨਿੱਘੇ ਖੇਡਣਾ ਸਭ ਨੇ ਉਹਨਾਂ ਦੀ ਹਕੀਕਤ ਇਹ ਹੁੰਦੀ ਸੀ ਉਹ ਰੈਫਰੀ ਨਾਲ ਬਿਲਕੁਲ ਨਹੀਂ ਸੀ ਬੋਲਦੇ ਜਿਵੇਂ ਕਿ ਹੁਣ ਅਕੈਡਮੀ ਵਾਲਿਆਂ ਦੇ ਮੂਹਰੇ ਨਹੀਂ ਬੋਲਦੇ ਇਹ ਕੋਚਾਂ ਦੇ ਮੂਹਰੇ ਐਕਣ ਜਮਾ ਨਹੀਂ ਸੀ ਰੈਫਰੀ ਨਾਲ ਤਾਂ ਬੋਲਦੇ ਪਲੇਅਰ ਬਿਲਕੁਲ ਨਹੀਂ ਸੀ ਬੋਲਦੇ ਬਸ ਜਿੱਧਰ ਰੈਫਰੀ ਭੈਣ ਦੇ ਤਾਂ ਹਾਂ ਬਸ ਜ਼ੋਰ ਨਾਲ ਖੇਡਦੇ ਸੀ ਸ਼ੌਕ ਨਾਲ ਅਤੇ ਲੰਬਾ ਟਾਈਮ ਹੁੰਦਾ ਅਤੇ ਲੰਬਾ ਟਾਈਮ ਹੁੰਦਾ 45-45 ਮਿੰਟ ਆਮ ਮੈਚ ਚੱਲਦੇ ਸੀ ਅਤੇ ਤੁਹਾਡੇ ਫਿਰ ਮਨਪਸੰਦ ਖਿਡਾਰੀ ਕਿਹੜੇ ਸੀ ਰੇਡਰ ਵੀ ਅਤੇ ਜਾਫੀ ਵੀ ਮਨਪਸੰਦ ਜੀ ਦੇਖੋ ਜੇ ਤਾਂ ਕਿਲੋਂ ਵਾਲਾ ਬੰਦਾ ਤਾਂ ਕਰਾਚੋਂ ਵਾਲਾ ਸੋਮਾ ਵਧੀਆ ਸੀ ਜੀ ਕਿਲੋਆਂ 'ਚ ਬਹੁਤ ਵਧੀਆ ਸੀ ਮੇਰੇ ਸਮੇਂ ਵੇਲੇ ਅਤੇ ਟੀਮ ਆਪਣੇ ਘਲੋਟੀ ਦੀ ਨੇਕ ਉਹਨੀ ਵਧੀਆ ਸੀ
ਉਸ ਤੋਂ ਬਾਅਦ ਤਾਂ ਸੋਮਾ ਵਜਨ ਤੋਂ ਬਾਅਦ ਤਾਂ ਓਪਨ ਦੇ ਵਿੱਚ ਵੀ ਪੂਰਾ ਵਧੀਆ ਥੋੜਾ ਹੀ ਖੇਡਿਆ ਵਧੀਆ ਖੇਡਿਆ ਜਾਣੀ ਕਿਲੋਆਂ 'ਚ ਉਹ ਵੀ ਮੇਰੇ ਵਾਂਗ ਵੱਧ ਖੇਡਿਆ ਵਧੀਆ ਖੇਡਿਆ ਹਾਂਜੀ ਅਤੇ ਇੱਧਰ ਆਪਣੇ ਬਿਰਧਰੋਂ ਵਾਲੇ ਮੁੰਡੇ ਵਧੀਆ ਹੁੰਦੇ ਸੀ ਅਤੇ ਉਕਸ਼ੀ ਵਾਲਾ ਜੂਬ ਉਹ ਸਾਡੇ ਤੋਂ ਪਹਿਲਾਂ ਹੁੰਦਾ ਸੀ ਉਹ ਵੀ ਮੁੰਡਾ ਮਰ ਗਿਆ ਕਰੰਟ ਲੱਗ ਕੇ ਉਹ ਵੀ ਸਾਡੇ ਇੱਕ ਏਰੀਏ ਦੇ ਵਧੀਆ ਪਲੇਅਰ ਸੀ ਹਾਂਜੀ ਆਪਾਂ ਗੱਲ ਕੀਤੀ ਸੀ ਮਨਪਸੰਦ ਦੀ ਤੁਹਾਨੂੰ ਵਧੀਆ ਕਿਹੜੇ ਲੱਗਦੇ ਸੀ ਮਨਪਸੰਦ ਆ ਜੀ ਦੇਖੋ ਜਿਹੜਾ ਜਾਫੀ ਮੰਨੋ ਅਸਲੀ ਤਾਂ ਮੈਨੂੰ ਲੱਗਦਾ ਦਲਬੀਰ ਚੌਧਰੀ ਸਮੈਨ ਵਾਲਾ ਹਾਂਜੀ ਹਾਂ ਸਮੈਨ ਪਿੰਡ ਸੀ ਉਹਨਾਂ ਦਾ ਅਤੇ ਰੇਡਰ ਸੀ ਗੋਲਾ ਜਰਗਲਾ ਜੀ ਹਾਂ ਮੇਰੇ ਮਨਪਸੰਦ ਆ ਉਦੋਂ ਬਾਅਦ ਦੇ ਵਿੱਚ ਜੇ ਤੁਸੀਂ ਉੱਧਰ ਪੈਰਸ ਵਾਲਾ ਜੀ ਮੈਨੂੰ ਰੇਡਰ ਸਾਰਿਆਂ ਨੂੰ ਵਧੀਆ ਪਿੰਡਰ ਬਿੱਲਾ ਲੱਗਦਾ ਜੀ ਉਹਨਾਂ ਦਾ ਜਾਫੀ ਮੈਨੂੰ ਨੇਕੀ ਵਧੀਆ ਲੱਗਦਾ ਸੀਗਾ ਜੀ ਸਿੱਧਵਾਲਾ ਨੇਕੀ ਹਾਂ ਜੀ ਮੇਰੇ ਮਨਪਸੰਦ ਉਦੋਂ ਬਾਅਦ ਤਾਂ ਦੇਖੋ ਕੌਂਕ ਵਾਲਾ ਬਾਜ ਵੀ ਹੋਇਆ ਅਤੇ ਫੌਜੀ ਵੀ ਮੇਰੇ ਤੋਂ ਬਾਅਦ ਹੋਇਆ ਵਧੀਆ ਹੋਏ ਨੇ ਹਾਂਜੀ ਹਾਂ ਫੌਜੀ ਵੀ ਵਧੀਆ ਜਾਫੀ ਆ ਯਾਨੀ ਉਦੋਂ ਮੇਰੇ ਮਾਂ ਮਨਪਸੰਦ ਪਿੰਡਰ ਬਿੱਲਾ ਜਰਗਲਾ ਗੋਲਾ ਖੈਰਾ ਕਾਕਾ ਇਹ ਤਿੰਨੇ ਜਾਣੀ ਰੇਡਰ ਆਏ ਤੀ ਜਾਣੀ ਦੇਖੀ ਜਾਈਏ ਗੋਡੀਆਂ ਪਾਈ ਜਾਣ ਦੇਖੀ ਇੰਨੇ ਵਧੀਆ ਸੀ ਅਤੇ ਅੱਜ ਦੀ ਗੱਲ ਕਰੀਏ ਜੀ ਹੁਣ ਅੱਜ ਦੀ ਗੱਲ ਤਾਂ ਜੀ ਸਾਰਿਆਂ ਨੂੰ ਜੇ ਬੈਸਟ ਮੈਨੂੰ ਮੈਂ ਤਾਂ ਜੀ ਲੱਗਦਾ ਸੁਲਤਾਨ ਸ਼ਮਸਪੁਰਾ ਹਾਂ ਬੜਾ ਨਿੱਘਾ ਬੜਾ ਸਾਊ ਸਾਰੇ ਲੋਕ ਦੇਖਦੇ ਆ ਅਤੇ ਦੂਏ ਨੰਬਰ 'ਤੇ ਹੁਣ ਤੁਸੀਂ ਮੰਨ ਲਓ ਲੋਧਰ ਸੁਲਤਾਨ ਦੇ ਜਿੰਨੇ ਮੈਚ ਦੇਖਿਆ ਸੌ ਟੱਚ ਮਾਰ ਕੇ ਮੁੜਦਾ ਜੀ ਅਤੇ ਜਾਫੀ ਪਾਲਾ ਜਲਾਲਪੁਰੀਆ ਪਾਲਾ ਉਦੋਂ ਪਹਿਲਾਂ ਮੰਗੀ ਤੋਂ ਪਹਿਲਾਂ ਜਦੋਂ ਮੈਂ ਜਲਾਲਪੁਰ ਪਾਲਾ ਦੇਖਿਆ ਇਹ ਆ ਜੀ ਇੱਥੇ ਸਰਾਭੇ ਸਰਾਭੇ ਮੈਂ ਸਾਡੇ ਪਿੰਡ ਗੱਲ ਕਰੀ ਮੈਂ ਕਿਹਾ ਲੋਕ ਮੰਗੀ ਨੂੰ ਭੁੱਲਣਗੇ ਜਾਫੀ ਆ ਗਿਆ ਇੱਕ ਕਹਿੰਦੇ ਕਿਹੜਾ ਤੂੰ ਕਹਿੰਦੇ ਦੋ ਜੱਫੇ ਲਾ ਦੇਣਗੇ ਤੂੰ ਉਹਦਾ ਨਾਂ ਲੈਣ ਲੱਗ ਜਾਣਾ ਉਹ ਮੈਂ ਕਿਹਾ ਮੈਂ ਨਹੀਂ ਨਾਂ ਲੈਂਦਾ ਦੇਖਿਓ ਇੱਥੇ ਦੁਨੀਆ ਜਾਊ ਅਤੇ ਜਦੋਂ ਹੁਣ ਪਾਲਾ ਹੀ ਪਾਲਾ ਹੋਇਆ ਜੀ ਬਾਅਦ 'ਚ ਅਤੇ ਰੇਡਰਾਂ ਹੁਣ ਵਾਲੇ ਰੇਡਰਾਂ ਦੇ ਵਿੱਚ ਵਧੀਆ ਆਪਣੇ ਜਿਹੜਾ ਗੁਰਪ੍ਰੀਤ ਆ ਹਰੀ ਵਾਲਾ ਹਾਂ ਉਹ ਰੇਡਰ ਵਧੀਆ ਲੱਗਦਾ ਅੱਜ ਕੱਲ੍ਹ ਕਿਉਂ ਦੇਖੋ ਕੱਦ ਬਹੁਤ ਆ ਉਹਦਾ ਅਤੇ ਵਜਨ ਬਹੁਤ ਆ ਬੰਦੇ ਦੇ ਹੱਥ ਲਾ ਕੇ ਟੱਚ ਲਾ ਕੇ ਦੂਰ ਹੁੰਦਾ ਨਾ ਉਹ ਥੱਪੜ ਮਾਰਨ ਦੀ ਕੋਸ਼ਿਸ਼ ਕਰਦਾ ਨਾ ਉਹ ਬਹੁਤਾ ਫੌਲ ਖੇਡਦਾ ਸਿੱਧਾ ਜਿਹਾ ਖੇਡਦਾ ਉਹ ਵੀ ਵਧੀਆ ਪਲੇਅਰ ਆ ਅੱਜ ਕੱਲ੍ਹ ਦੇ ਸਮੇਂ 'ਚ ਬਾਕੀ ਅੱਜ ਕੱਲ੍ਹ ਮਾੜਾ ਤਾਂ ਭਾਈ ਕੋਈ ਵੀ ਨਹੀਂ ਜਿਹੜਾ ਖੇਡਦਾ ਜਿਹੜਾ ਗਰਾਊਂਡ 'ਚ ਆ ਗਿਆ ਸਾਰੇ ਵਧੀਆ ਨੇ ਇਹ ਆਪੋ ਆਪਣੀ ਜਾਣੀ ਮਨਪਸੰਦ ਹੁੰਦੀ ਆ ਸੋਚ ਹੁੰਦੀ ਆ ਹਾਂ ਕੁਛ ਖੂਬੀ ਖਿੱਚ ਹੁੰਦੀ ਆ ਵਧੀਆ ਬੰਦਾ ਵਧੀਆ ਲੱਗਦਾ ਹੁਣ ਸਾਤੋਂ ਜਦ ਮੈਂ ਰੈਫਰੀ ਕਰਨ ਲੱਗਿਆ ਸਾਰਿਆਂ ਨੂੰ ਵਧੀਆ ਟੀਮ ਸੀ ਆਪਣੇ ਜਲਾਲ ਦਿਆਲ ਦੀ ਉਹ ਜਿਹਾ ਰੇਡਰ ਹੁੰਦਾ ਦੀ ਬੋਪਰ ਹੈ ਸ਼ੀਰਾ ਅਤੇ ਬਾਬਾ ਜਲਾਲ ਦਿਆਲ ਬਹੁਤੇ ਖੇਡੇ ਨੇ ਜੀ ਬਹੁਤੇ ਵਧੀਆ ਖੇਡੇ ਨੇ ਇਹ ਟੀਮ ਵਧੀਆ ਨਾਥ ਹੁੰਦਾ ਸੀਹਾਂ ਦਾ ਵਾਲਾ ਅਤੇ ਜਰਗੜੀ ਦੇ ਵਿੱਚ ਨਿੱਕਾ ਅਤੇ ਸ਼ੀਰਾ ਹੁੰਦੇ ਬਹੁਤ ਵਧੀਆ ਟੀਮਾਂ ਹੁੰਦੀਆਂ ਤੀਆਂ ਅਤੇ ਉਹ ਤਾਂ ਜਾਣੀ ਪਲੇਅਰ ਤਾਂ ਜੀ ਕੋਈ ਵੀ ਅੱਜ ਕੱਲ੍ਹ ਵਧੀਆ ਹੀ ਵਧੀਆ ਨੇ ਕੋਈ ਮਾੜਾ ਨਹੀਂ ਪਰ ਆਪਾਂ ਆਪਣੀ ਥੋੜ੍ਹੀ ਜਿਹੀ ਖਿੱਚ ਅਤੇ ਵਧੀਆ ਲੱਗਣ ਲੱਗ ਜਾਂਦੇ ਹਾਂਜੀ ਬਿਲਕੁਲ ਮਨ ਨੂੰ ਕਈ ਵਾਰੀ ਕੋਈ ਬੰਦਾ ਜਿਹੜਾ ਵਧੀਆ ਲੱਗਦਾ ਫਿਰ ਵਧੀਆ ਲੱਗਦਾ ਹਾਂ ਹੁਣ ਲੋਕ ਕਹਿੰਦੇ ਆ ਜੀ ਬਈ ਹਰਜੀਤ ਬਈ ਮੱਲ ਤਕੜਾ ਸੀ ਹਰਜੀਤ ਨੂੰ ਲੋਕ ਬਹੁਤ ਪਸੰਦ ਕਰਦੇ ਆ ਕਮੈਂਟਰ ਵੀ ਬਹੁਤ ਕਰਦੇ ਆ ਹਰਜੀਤ ਦੀ ਜਦੋਂ ਮੈਂ ਗੱਲ ਦੱਸਣ ਲੱਗਾ ਸੀ ਕਰਨਪੁਰ ਗਏ ਚੈਂਪੀਅਨ ਖੇਡਣ ਹਰਜੀਤ ਨਵਾਂ ਸੀ ਮੇਰਾ ਖਿਆਲ ਆ 92 ਦੀ ਗੱਲ ਹੋਊ ਜੀ ਉਹਨੂੰ ਜੀ ਚਾਰ ਗੋਡੀਆਂ ਪਾਈਆਂ ਚਾਰੇ ਫੜੀਆਂ ਮਠੱਡਣ ਵਾਲੇ ਦੀਪੇ ਨਾਲ ਕਰ ਲਓ ਗੱਲ ਚਾਰ ਗੋਡੀਆਂ ਹਰਜੀਤ ਨੇ ਪਾਈਆਂ ਚਾਰੇ ਫੜਿਆ ਉੱਥੇ ਭਿੰਡਰ ਬਿੱਲੇ ਨੇ ਧੱਕਾ ਦੇ ਕੇ ਇਹਨੂੰ ਪਰੇ ਬਿਠਾਇਆ ਆਪ ਇਕੱਲੇ ਨੇ ਗੋਡੀਆਂ ਪਾ ਕੇ ਮੈਚ ਜਿੱਤਿਆ ਭਿੰਡਰ ਬਿੱਲੇ ਨੂੰ ਮੈਂ ਤਾਂ ਪਸੰਦ ਕਰਦਾ ਅਤੇ ਹਰਜੀਤ ਨਾਲੋਂ ਵਧੀਆ ਮੈਂ ਗਾਗੋ ਨੂੰ ਮੰਨਦਾ ਸੀ ਗਾਗੋ ਰੇਡਰ ਬਹੁਤ ਟੋਪ ਦੇ ਦਿੰਦੇ ਵਾਲਾ ਅਤੇ ਉਹ ਹੋਊਗੀ ਕਹਿੰਦਾ ਮੇਰੀ ਖਿੱਚ ਮੈਨੂੰ ਵਧੀਆ ਲੱਗੇ ਹਾਂ ਹੈਗੇ ਤਾਂ ਪਲੇਅਰ ਹੋਣ ਸਾਰੀ ਵਧੀਆ ਨੇ ਪਲੇਅਰ ਕਿਉਂ ਹਰਜੀਤ ਮਗਰੋਂ ਬੈਸਟ ਨਿਕਲਿਆ ਹਰਜੀਤ ਮਗਰੋਂ ਕਿੰਨਾ ਤਕੜਾ ਹੋ ਗਿਆ ਪਰ ਪਹਿਲਾਂ ਜਿਹੜਾ ਟਾਈਮ ਦੀ ਗੱਲ ਹੈ ਜਦੋਂ ਚੜ੍ਹਦੀ ਬ੍ਰੇਕ ਦੀ ਗੱਲ ਕਰੀਏ ਆਪਾਂ ਤਾਂ ਟਾਈਮ ਦੀ ਗੱਲ ਕਰੀਏ ਉਹ ਤਾਂ ਵਧੀਆ ਸੀ ਕਿਉਂਕਿ ਹੁਣ ਸ਼ੁਰੂ ਦੇ ਵਿੱਚ ਤਾਂ ਤੁਸੀਂ ਵੀ ਤਕੜੇ ਨਹੀਂ ਸੀ ਹੌਲੀ ਹੌਲੀ ਅੱਗੇ ਵਧੇ ਚੜ੍ਹਦੇ ਆਏ ਤੇ ਲਹਿੰਦੇ ਵੀ ਆਏ ਹਾਂਜੀ ਹਾਂਜੀ ਤੇ ਮਗਰੋਂ ਹੁਣ ਜਿਵੇਂ ਆਪਾਂ ਗੋਲੇ ਦੀ ਗੱਲ ਕਰਦੇ ਹਾਂ ਗੋਲਾ ਮਗਰੋਂ ਬਿਮਾਰ ਹੋ ਗਿਆ ਡਾਊਨ ਖੇਡਿਆ ਬਹੁਤ ਹੁਣ ਜਿਹਨੇ ਗੋਲਾ ਡਾਊਨ ਦੇਖਿਆ ਖੇਡ ਲੱਗਾ ਤਾਂ ਗੋਲਾ ਤਾਂ ਕੁਛ ਵੀ ਨਹੀਂ ਕੁਛ ਇਹ ਗੱਲ ਆ ਜੀ ਅਤੇ ਜਦੋਂ ਹਰਜੀਤ ਨਵਾਂ ਆਇਆ ਖੇਡਣਾ ਸੀ ਦੇਖਿਆ ਅਤੇ ਹਰਜੀਤ ਦੀ ਆਹ ਹਕੀਕਤ ਹੀ ਦੇਖ ਲਓ ਜੱਫੇ ਖਾਂਦਾ ਸੀ ਅਤੇ ਇੱਕ ਮੁੰਡੇ ਇੱਥੇ ਦੇ ਸੀਗੇ ਸਿੱਧਮਾਂ ਦੇ ਗੁਲਜ਼ਾਰ ਦੇ ਨਾਲ ਸੀ ਮੁੰਡੇ ਜਾਫੀ ਗੁੱਕ ਕੱਕ ਉਹਨੇ ਬਹੁਤ ਵਧੀਆ ਜਾਫੀ ਗੁੱਕ ਸ਼ੇਰਪੁਰ ਵਾਲੇ ਬਹੁਤੇ ਵਧੀਆ ਜਾਫੀ ਦੀ ਉਹ ਦੁਨੀਆ ਬਹੁਤ ਹੀ ਖੇਡ ਚੱਲੀ ਗਈ ਜੀ ਇੱਕ ਮੈਂ ਇਹ ਪਲੇਅਰਾਂ ਨੂੰ ਇਹ ਚੰਗਾ ਬਹੁਤ ਮੰਨਦਾ ਇਹ ਥੋੜ੍ਹਾ ਚਿਰ ਖੇਡਿਆ ਇਹਨਾਂ ਦੀ ਬਹੁਤ ਵਧੀਆ ਹਕੀਕਤ ਆ ਸਿਆਣੀ ਗੱਲ ਮੈਂ ਇਹਨਾਂ ਦੀ ਦੇਖੀ ਇਹ ਥੋੜ੍ਹਾ ਚਿਰ ਖੇਡ ਕੇ ਕੌਡੀ ਦੇ ਵਿੱਚ ਆਪਦਾ ਕਿਸੇ ਨਾ ਕਿਸੇ ਕੰਢੇ ਵੱਟੇ ਲੱਗ ਕੇ ਬਹਿ ਗਏ ਇਹਨਾਂ ਦੀ ਬਹੁਤ ਵਧੀਆ ਸੈੱਟ ਕਰ ਦੇਖੋ ਚੂੜ ਚੱਕੀ ਆ ਬੇਲੀ ਬਹੁਤ ਵਧੀਆ ਰੇਡਰ ਸੀ ਉਹ ਪੂਰੇ ਟੌਪ ਦੇ ਵਿੱਚ ਖੇਡਦਾ ਦੇਖੋ ਹੀ ਸੈੱਟ ਹੋ ਗਿਆ ਜਿਵੇਂ ਮੈਂ ਉਸਨੂੰ ਦੱਸ ਕੇ ਹਾਂ ਕੌਂ ਕਹਿਣਾ ਬਾ ਸੀ ਇਹ ਪੂਰਾ ਵਧੀਆ ਖੇਡਦਾ ਸੈੱਟ ਹੋ ਗਿਆ ਚੂੜ ਚੱਕਾ ਤੇਰਾ ਦੂਆ ਫੌਜੀ ਦੀ ਉਹ ਸੈੱਟ ਹੋ ਗਿਆ
ਤੇ ਕਾਲਾ ਗੱਜ ਵਾਲਾ ਖੇਡਦੇ ਖੇਡਦੇ ਸੈੱਟ ਹੋ ਗਏ ਬੰਦੇ ਸਹਿ ਆਪਦੀ ਜਿਹੜੀ ਆ ਲਾਈਵ ਵਧੀਆ ਕਰਦੇ ਹਾਂ ਇਹ ਚੀਜ਼ ਮੈਂ ਬੈਠਾ ਸੋਚਦਾ ਹਾਂ ਕਈ ਵਾਰ ਮੈਂ ਕਿਹਾ ਇਹ ਬਹੁਤ ਵਧੀਆ ਦਿਮਾਗੀ ਦੀ ਜਾਂ ਇਹਨਾਂ ਦਾ ਆਪ ਦਿਮਾਗ ਕੰਮ ਕਰ ਗਿਆ ਜਾਂ ਇਹਨੂੰ ਕਿਸੇ ਨੇ ਗਿਆਨ ਦਿੱਤਾ ਸਿਆਣੇ ਬੰਦੇ ਗਾਈਡ ਕਰਤਾ ਕਿਸੇ ਗਾਈਡ ਕਰਤਾ ਤੇ ਸਾਨੂੰ ਨਹੀਂ ਕਿਸੇ ਨੇ ਕਰਿਆ ਸੀ ਆ ਫਿਰਦੇ ਹਾਂ ਹਾਂਜੀ ਬਿਲਕੁਲ ਜੀ ਬਿਲਕੁਲ ਹਾਂ ਅੱਛਾ ਗੱਲ ਕਰੀਏ ਤਾਂ ਫਿਰ ਤੁਹਾਡੇ ਮਾਨਾ ਸਨਮਾਨਾਂ ਦੀ ਵੈਸੇ ਤਾਂ ਤੁਹਾਨੂੰ ਟਰੋਫੀਆਂ ਮਿਲਦੀਆਂ ਹੁੰਦੀਆਂ ਹਾਂਜੀ ਹਾਂ ਪਰ ਫਿਰ ਵੀ ਕੋਈ ਵਾਰੀ ਕੋਈ ਖਾਸ ਮਾਨ ਸਨਮਾਨ ਹੋਏ ਹੁੰਦੇ ਨੇ ਪਹਿਲਾਂ ਵੀ ਹੁਣ ਵੀ ਮਾਨ ਸਨਮਾਨ ਜੀ ਮੇਰਾ ਪਹਿਲੀ ਵਾਰ ਹੋਇਆ ਮੰਡੀਆਂ ਆਪਣੇ ਜੱਸੇ ਵਾਲੇ ਟੂਰਨਾਮੈਂਟ 'ਤੇ ਉਹਨਾਂ ਨੇ ਮੇਰਾ ਕਰਿਆ ਸੀ 5100 ਨਾਲ ਉਦੋਂ ਬਾਅਦ ਮੇਰਾ ਸਿਰ ਥੱਲੇ ਕਰਿਆ ਸ਼ਿਵਨੀ ਦੀ ਮੰਦੀ ਨਾਲ ਅਤੇ ਇੱਕ ਮੇਰਾ ਪੱਪੀ ਆ ਇੱਥੇ ਦਾ ਫੁੱਲ ਵਾਲ ਦਾ ਉਹਨੇ ਕਰਿਆ 5100 ਨਾਲ ਜੀ ਇਹ ਮੇਰੇ ਮਾਨ ਸਨਮਾਨ ਹੋਏ ਜੀ ਬਾਕੀ ਆ ਟਰੋਫੀਆਂ ਵਾਲੇ ਤਾਂ ਫਿਰ ਚੱਲੀ ਜਾਂਦੇ ਉਹ ਤਾਂ ਇਹ ਤਾਂ ਜੀ ਹੋ ਰੋਜ਼ ਜਦ ਰੈਫਰੀ ਕਰਦੇ ਆ ਮਾਨ ਸਨਮਾਨ ਆਥਣੇ ਸਨਮਾਨ ਦਾ ਸਨਮਾਨ ਹੀ ਸਨਮਾਨ ਆ ਬਿਲਕੁਲ ਜੀ ਲੋਕ ਸੱਦ ਕੇ ਕਲੱਬਾਂ ਕਰਦੇ ਆ ਵੀ ਭਾਈ ਰੈਫਰੀ ਸਨਮਾਨ ਮਾਨ ਸਨਮਾਨ ਲੈ ਜਾਓ ਹਾਂਜੀ ਦਿੰਦੇ ਆ ਹਰੇਕ ਕਲੱਬ ਦਿੰਦੇ ਆ ਜੀ ਬਿਲਕੁਲ ਹਾਂਜੀ ਹਾਂ ਸੋ ਬੜਾ ਵਧੀਆ ਲੱਗ ਰਿਹਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਥੋੜ੍ਹੀ ਖੁੱਲ੍ਹਦੇ ਨਹੀਂ ਨਾ ਤੁਸੀਂ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਰਹੇ ਹੋ ਹਾਂਜੀ ਸੋ ਹੁਣ ਬਾਕੀ ਲਾਸਟ ਦੇ ਵਿੱਚ ਆਪਣੇ ਖੇਡ ਤਜਰਬੇ ਦੇ ਮੁਤਾਬਕ ਹਾਂਜੀ ਵੈਸੇ ਤਾਂ ਤੁਸੀਂ ਪਹਿਲਾਂ ਹੀ ਬੜੀਆਂ ਸੋਹਣੀਆਂ ਗੱਲਾਂ ਨੇ ਜਿਹੜੀਆਂ ਨਵੇਂ ਖਿਡਾਰੀਆਂ ਨੂੰ ਦੱਸ ਦਿੱਤੀਆਂ ਨੇ ਪਰ ਫਿਰ ਵੀ ਤੁਸੀਂ ਆਪਣੇ ਵੱਲੋਂ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਡੇ ਸਾਰੇ ਖੇਡ ਕਬੱਡੀ ਮੈਂ ਤਾਂ ਜੀ ਨਵਿਆਂ ਨੂੰ ਇਹ ਗੱਲ ਕਹਿ ਰਿਹਾ ਪਹਿਲੀ ਗੱਲ ਤਾਂ ਮੈਂ ਕਲੱਬਾਂ ਨੂੰ ਬੇਨਤੀ ਕਰਦਾ ਵੀ ਇਹ ਇੱਕ ਵੀ ਪਿੰਡ ਵਾਰ ਪਿਓਰ ਪਿੰਡ ਮੈਚ ਜ਼ਰੂਰ ਕਰਾਉਣੇ ਚਾਹੀਦੇ ਆ ਚਾਹੇ ਪ੍ਰਾਈਜ਼ ਥੋੜ੍ਹਾ ਰੱਖ ਦਿਓ ਥੋੜ੍ਹਾ ਵੀ ਹੁਣ ਅੱਜ ਕੱਲ੍ਹ 21-31 ਬਹੁਤ ਆ ਅਤੇ ਇਹਦੇ ਵਿੱਚ ਜਿਹੜਾ ਪਿੰਡ ਵਾਰ 2 ਵਾਰੋਂ 3 ਵਾਰੋਂ ਮੈਂ ਕਹਿੰਦਾ ਚਾਹੇ 4 ਵਾਰੋਂ ਕਰ ਦੇਣਾ ਇਹ ਬਾਅਦ 'ਚ ਕਰਾਉਣੇ ਚਾਹੀਦੇ ਆ ਪਿੰਡ ਵਾਰ ਮੈਚ ਜ਼ਰੂਰ ਹੋਣੇ ਚਾਹੀਦੇ ਆ ਅਤੇ ਦੂਜੀ ਗੱਲ ਆ ਜਿਹੜੇ ਆ ਹੁਣ ਨਸ਼ਾ ਡੋਪ ਟੈਸਟ ਕਰਨ ਲੱਗ ਗਿਆ ਕਲੱਬਾਂ ਫੈਡਰੇਸ਼ਨ ਆ ਇਹਨਾਂ ਬਾਰੇ ਮੈਂ ਬਹੁਤ ਬਹੁਤ ਧੰਨਵਾਦ ਹਾਂ ਜਿਹੜੀ ਇਹਨਾਂ ਨੇ ਪੰਜਾਬ ਦੀ ਜ਼ਿੰਦਗੀ ਬਚਾਈ ਆ ਹੁਣ ਇਹਨਾਂ ਦੇ ਨਾਲ ਨਾਲ ਕਲੱਬ ਸਾਥ ਦੇਣਾ ਫੈਡਰੇਸ਼ਨਾਂ ਦਾ ਕੋਚਾਂ ਦਾ ਇਹ ਕਹਿੰਦਾ ਕਲੱਬਾਂ ਨੇ ਜਿਹੜੀਆਂ ਟੂਰਨਾਮੈਂਟ ਕਰਾਉਣ ਵਾਲੀਆਂ ਕਮੇਟੀਆਂ ਉਹ ਸਾਥ ਦੇਣ ਵੀ ਜਿਹੜਾ ਬੰਦਾ ਬੈਨ ਹੁੰਦਾ ਉਹਨੂੰ ਨਾ ਕਲਾਉਣ ਉਹਨੂੰ ਪਿੰਡ ਵਾਰ ਵੀ ਨਾ ਕਲਾਉਣ ਜਿਹੜੇ ਆਉਣ ਵਾਲੇ ਪਲੇਅਰ ਨੇ ਉਹ ਇਹ ਚੀਜ਼ ਦਾ ਗਿਆਨ ਲੈਣ ਵੀ ਉਹ ਫਲਾਨਾ ਇੰਨਾ ਤਕੜਾ ਪਲੇਅਰ ਸੀ ਉਹ ਬੈਨ ਹੋ ਗਿਆ ਵੀ ਖੇਲਣ ਨਹੀਂ ਦਿੱਤਾ ਆਪਾਂ ਨੇ ਵੀ ਨਹੀਂ ਕਰਨਾ ਜਿੰਨਾ ਚਿਰ ਬੈਨ ਹੋਇਆ ਪਲੇਅਰ ਨੂੰ ਪਿੰਡ ਵਾਰੋਂ ਬੈਨ ਨਹੀਂ ਕਰਦੇ ਉਹਨਾਂ ਚਿਰ ਨਸ਼ਾ ਘੱਟ ਜਾਊਗਾ ਨਵੇਂ ਪਲੇਅਰ ਰੀਸ਼ ਲੱਗੀ ਜਾਂਦੇ ਆ ਹੁਣ ਜਿਹੜੇ ਪਲੇਅਰ ਨਸ਼ਾ ਕਰਦੇ ਉਹ ਪਤਾ ਕੀ ਕਹਿੰਦੇ ਨਵੇਂ ਪਲੇਅਰਾਂ ਨੂੰ ਉਹ ਇਹ ਕਿਤੇ ਬੰਦ ਹੋਣਾ ਇਹ ਕਿਤੇ ਕਿਸੇ ਨੇ ਬੰਦ ਕਰਿਆ ਅਸੀਂ ਸੁਣਦੇ ਰਹਿੰਦੇ ਹਾਂ ਰੋਜ਼ ਗੱਲਾਂ ਕਹਿੰਦੇ ਜੀ ਇਹਨਾਂ ਤੋਂ ਆਹ ਮੂਵ ਤਾਂ ਬੰਦ ਬੰਦ ਨਹੀਂ ਹੁੰਦੀ ਬਾਂਬ ਤਾਂ ਇਹਨਾਂ ਤੋਂ ਬੰਦ ਨਹੀਂ ਹੋਈ ਨਸ਼ਾ ਕਿੱਥੋਂ ਬੰਦ ਕਰ ਦੇਣਗੇ ਇਹਦੇ ਵਿੱਚ ਸਾਰਿਆਂ ਨਾਲੋਂ ਵਧੀਆ ਗੱਲ ਇਹ ਆ ਵੀ ਜਿਹੜੇ ਕਲੱਬਾਂ ਨੇ ਟੂਰਨਾਮੈਂਟ ਕਰਾਉਣ ਵਾਲੀਆਂ ਜਿਹੜਾ ਪਲੇਅਰ ਬੈਨ ਹੋ ਗਿਆ ਉਹਨੂੰ ਆਪਦੇ ਟੂਰਨਾਮੈਂਟ 'ਤੇ ਨਾ ਖੇਡਣ ਦੇਣ ਇਹ ਹੱਥ ਬੰਨ ਕੇ ਬੇਨਤੀ ਆ ਉਹਦੇ ਕਰਕੇ ਫਿਰ ਜਿਹੜੇ ਨਵੇਂ ਪਲੇਅਰ ਉੱਠਦੇ ਆ ਉਹ ਨਾ ਕਰਨ ਜੇ ਹੁਣ ਫੈਡਰੇਸ਼ਨਾਂ ਬੈਨ ਕਰਦੀਆਂ ਨੇ ਬੈਨ ਹੋਇਆ ਪਲੇਅਰ ਆ ਕੇ ਟੀਕੇ ਲਾ ਕੇ ਅੱਜ ਇੱਥੋਂ ਜਿੱਤਦਾ ਬੋਲਟ ਜਿੱਤਦਾ ਉਹ ਅਲੱਗ ਦਾ ਪਤਾ ਫੈਡਰੇਸ਼ਨ ਨੇ ਖੇਡਣੇ ਨਹੀਂ ਆਪਾਂ ਤਾਂ ਬੋਲਟ ਜਿੱਤਣੇ ਨੇ ਫਿਰ ਉਹ ਫੈਡਰੇਸ਼ਨਾਂ ਬੰਨੇ ਕੋਈ ਪਲੇਅਰ ਹੀ ਨਹੀਂ ਜਾਂਦਾ ਇੱਧਰ ਵਧੀਆ ਸਵਾਦ ਦੇਣ ਲੱਗ ਜਾਂਦੇ ਆ ਰੈਫਰੀ ਨਾਲ ਨਸ਼ਾ ਲੜੀ ਜਾਂਦੇ ਆ ਕਿ ਪਤਾ ਹੀ ਲੱਗਦਾ ਟੱਚ ਇੱਧਰ ਹੋ ਗਿਆ ਇੱਧਰ ਹੋ ਗਿਆ ਉਹ ਆਪਦੀ ਜਗ੍ਹਾ ਸਹੀ ਹੁੰਦੇ ਨੇ ਵੀ ਟੱਚ ਲੱਗਿਆ ਰੈਫਰੀ ਆਪਦੀ ਜਗ੍ਹਾ ਟੱਚ ਸਹੀ ਹੁੰਦਾ ਇਹ ਤੁਸੀਂ ਜਾਣਦੇ ਹੋ ਜੀ ਰੋਜ਼ ਟੂਰਨਾਮੈਂਟਾਂ ਤੋਂ ਇਹਦੇ ਵਿੱਚ ਸਾਰਿਆਂ ਨਾਲ ਗੱਲ ਇਹ ਕਹਿਣਾ ਵੀ ਨਵੇਂ ਪਲੇਅਰਾਂ ਨੂੰ ਵੀ ਨਸ਼ਾ ਨਾ ਕਰਨ ਫੈਡਰੇਸ਼ਨਾਂ ਦਾ ਧੰਨਵਾਦ ਬਾਹਰਲਿਆਂ ਦਾ ਭਾਈ ਧੰਨਵਾਦ ਜਿਨ੍ਹਾਂ ਨੇ ਇਹ ਕੰਮ ਬੰਦ ਕਰਿਆ ਬੈਨ ਕਰਨ ਲੱਗ ਗਏ ਪਰ ਅਸਲੀ ਮਾਇਨਿਆਂ ਦੇ ਵਿੱਚ ਕੁਛ ਹੋਰ ਤਕੜਾਈ ਕਰਨ ਵੀ ਇਹ ਚੈੱਕ ਹੋਣਾ ਚਾਹੀਦਾ ਚੈੱਕ ਹੋਇਆ ਪਲੇਅਰ ਜਿਹੜਾ ਬੈਨ ਹੁੰਦਾ ਉਹਨੂੰ ਕਲਾਉਣਾ ਨਹੀਂ ਚਾਹੀਦਾ ਐਤਕੀ ਮੈਂ ਇੱਕ ਥਾਂ ਦੇਖਿਆ ਜਿਨ੍ਹਾਂ ਨੇ ਮੇਜਰ ਵਾਲਿਆਂ ਨੇ ਬਹੁਤ ਸੋਹਣਾ ਕੰਮ ਕਰਿਆ ਸੇਮੀ ਫਾਈਨਲ ਟੀਮ ਕੱਟੀ ਆ ਬੈਨ ਹੋਇਆ ਹੋਇਆ ਮੁੰਡਾ ਉਹ ਆ ਮੁੰਡਾ ਜਿਹੜਾ ਹੁਣ ਜਾਫੀ ਤਕੜਾ ਉਹ ਬੈਨ ਹੋਇਆ ਸੀ ਕਹਿੰਦੇ ਉਹ 5 ਕੱਪਾਂ 'ਤੇ ਬੈਨ ਕਰਿਆ ਸੀ ਉਹਦਾ 5ਵਾਂ ਕੱਪ ਰਹਿਆ ਸੀ ਉਹ ਸੇਮੀ ਫਾਈਨਲ ਟੀਮ ਉਹਨਾਂ ਨੇ ਟੀਮ ਹੀ ਕੱਟੀ ਆ ਮੈਂ ਤਾਂ ਬਹੁਤ ਸ਼ੁਕਰ ਮਨਾਇਆ ਜੀ ਮੈਂ ਕਿਹਾ ਸਟੈਂਡ ਚਾਹੀਦਾ ਹਾਂਜੀ ਇਹਦੇ ਨਾਲ ਕਹਿਣਾ ਜੀ ਇਕੱਲਾ ਬੰਦਾ ਕੁਛ ਕਰ ਨਹੀਂ ਸਕਦਾ ਜੇ ਸਾਰੇ ਕਮੈਂਟ ਰੈਫਰੀ ਕਲੱਬਾਂ ਸਾਰੀਆਂ ਚੀਜ਼ ਦਾ ਸਾਥ ਦੇਣ ਗਿਆਨ ਦੇਣ ਤਾਂ ਇਹ ਚੀਜ਼ ਬੰਦ ਹੋ ਸਕਦੀ ਹਾਂ ਨਹੀਂ ਇਹ ਮੁਸ਼ਕਿਲ ਆ ਜੀ ਇਹ ਜ਼ਹਿਰ ਬਹੁਤ ਮਾੜੀ ਬੀਜੀ ਹੋਈ ਆ ਤਾਂ ਹੁਣ ਤੁਸੀਂ ਇਹ ਦੇਖ ਲਓ ਕਿਸੇ ਮੁੰਡੇ 'ਤੇ ਭਾ ਗਏ ਨਹੀਂ ਇਹ ਦੇਖ ਲਓ ਤੁਸੀਂ ਅੱਜ ਮੁੰਡਾ ਮਾੜਾ ਦੇਖ ਲਓ 15 ਦਿਨਾਂ ਪਾਟਣ 'ਤੇ ਆਇਆ ਪਿਆ ਹੁੰਦਾ ਜਿਹੜੇ ਮੈਡੀਸਿਨ ਵਾਲੇ ਨੇ ਦੁਕਾਨ ਵਾਲੇ ਉਹ ਖਾਲੀ ਵੇਚਣ ਦੇ ਸਿੱਖੇ ਨੇ ਉਹ ਆਪਣੇ ਪੈਸੇ ਬਣਾਉਂਦੇ ਆ ਹੁਣ ਤੁਸੀਂ ਦੇਖ ਲਓ ਜੀ ਕਿੰਨੇ ਪਲੇਅਰ ਮਰ ਗਏ ਆਪਾਂ ਰੋਜ਼ ਹੀ ਸੁਣਦੇ ਸੀ ਆਹ ਹੋ ਗਿਆ ਹੋ ਗਿਆ ਕਿੰਨੀਆਂ ਦੀਆਂ ਜਾਨਾਂ ਚਲੇ ਗਏ ਹੁਣ ਇੱਕ ਨਾਮ ਬਹੁਤ ਬੜੇ ਬੜੇ ਰੱਖਦੇ ਆ ਹਰੇਕ ਨੂੰ ਨਾਮ ਪਿਆਰਾ ਹੁੰਦਾ ਹੁਣ ਤੁਸੀਂ ਐਂ ਦੇਖ ਲਓ ਆਪਾਂ ਟੂਰਨਾਮੈਂਟਾਂ 'ਤੇ ਲਾਉਂਦੇ ਹਾਂ 45 ਟੀਮਾਂ ਐਂਟਰ ਹੋ ਜਾਂਦੀਆਂ 45ਆਂ ਦੇ ਵਿੱਚੋਂ 12 ਟੀਮਾਂ ਇੰਨੀਆਂ ਤਕੜੀਆਂ ਬਣੀਆਂ ਹੁੰਦੀਆਂ ਜਿਹੜੀਆਂ ਕਹਿੰਦੇ ਪਤਾ ਨਹੀਂ ਕੌਣ ਜਿੱਤੂ ਕੌਣ ਹਰੂ ਜਦੋਂ 12 ਦਾ ਏਜੰਡਾ ਆਪਸ ਵਿੱਚ ਹੀ ਮੈਚ ਹੁੰਦਾ ਜੀ ਫਿਰ ਦੇਖ ਲਓ ਕਿ ਕੀ ਕੁਛ ਲਾਉਂਦੇ ਆ ਜੇ ਉੱਥੋਂ ਹਟਾਇਆ ਜਾਵੇ ਮੈਂ ਤਾਂ ਇਹ ਗੱਲ ਕਹਿਣਾ ਵੀ ਸੇਮੀ ਫਾਈਨਲ ਦੇ ਵਿੱਚੋਂ
ਪਲੇਅਰਾਂ ਨੂੰ ਚੈੱਕ ਕਰਨਾ ਚਾਹੀਦਾ। ਜਿਹੜਾ ਪਲੇਅਰ ਬੈਸਟ ਹੁੰਦਾ ਉਹਦਾ ਡੈਪ ਟੋਸਟ ਹਰੇਕ ਨੂੰ ਲੈਣਾ ਚਾਹੀਦਾ। ਜੇ ਕਲੱਬਾਂ ਕੋਲ ਡੈਪ ਟੋਸਟ ਜੋਗੇ ਪੈਸੇ ਨਹੀਂ ਹੈਗੇ, ਮੈਂ ਤਾਂ ਕਹਿੰਦਾ ਟੂਰਨਾਮੈਂਟ ਨਾ ਕਰਾਉਣ, ਘੱਟ ਕਰਾ ਲਿਆ ਕਰਨ, ਪਰ ਪਲੇਅਰਾਂ ਦੀ ਜ਼ਿੰਦਗੀ ਤਾਂ ਬਚ ਜਾਵੇ। ਬਿਲਕੁਲ, ਹੋਰ ਰੱਖ ਕੇ ਕਾਰਾਂ ਰੱਖ ਕੇ ਕੰਪੈਨਾਂ, ਉਹ ਜਦ ਡਾਊਬ ਟੈਸਟ ਵੇਲੇ ਕਹਿੰਦੇ ਸਾਡੇ ਕੋਲ ਪੈਸੇ ਨਹੀਂ, ਮੈਂ ਤਾਂ ਇਹ ਕਹੂੰ ਅੱਗੇ ਜੀ, ਹੁਣ ਤੁਹਾਨੂੰ ਪਤਾ ਹੀ ਮਰਜ਼ੀ ਆ ਜੀ। ਹਾਂਜੀ, ਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਵੱਲੋਂ ਤੁਹਾਡਾ, ਤੁਸੀਂ ਸਾਡੇ ਜੋਗਾ ਸਮਾਂ ਕੱਢਿਆ, ਆਪਣੀ ਜ਼ਿੰਦਗੀ ਦੀਆਂ ਬੇਸਕੀਮਤੀ ਗੱਲਾਂ ਨੇ ਜੋ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ। ਠੀਕ ਹੈ। ਸੋ ਦੋਸਤੋ, ਇਹ ਸਨ ਸਰਦਾਰ ਅਰਜਿੰਦਰ ਸਿੰਘ ਜੀ ਉਰਫ ਜਿੰਦਰਾ ਲਸਾੜਾ, ਜਿਨ੍ਹਾਂ ਦੇ ਨਾਲ ਅੱਜ ਆਪਾਂ ਨੇ ਗੱਲਬਾਤ ਕੀਤੀ। ਸੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਉਹ ਸਬਸਕ੍ਰਾਈਬ ਜ਼ਰੂਰ ਕਰਨਾ, ਲਾਈਕ ਅਤੇ ਕਮੈਂਟ ਵੀ ਜ਼ਰੂਰ ਕਰਨਾ। ਅਗਲੀ ਵਾਰੀ ਅਸੀਂ ਤੁਹਾਨੂੰ ਕਿਸੇ ਹੋਰ ਸ਼ਖਸੀਅਤ ਦੇ ਰੂਬਰੂ ਕਰਵਾਵਾਂਗੇ। ਉਦੋਂ ਤੱਕ ਮੈਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ।